ਕੁਆਰੀ ਤੋਂ ਚਾਉ ਵਿਵਾਹੀ ਤਾਂ ਮਾਮਲੇ ਫਰੀਦਾ ਇਹੋ ਪਛੋਤਾਉ ਵਤ ਕੁਆਰੀ ਨਾ ਥੀਏ ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਧਰਮ ਦ੍ਰਿੜੋ ਹਰ ਨਾਮ ਧਿਆਵੋ ਸਿਮ੍ਰਿਤ ਨਾਮ ਦ੍ਰਿੜਾਇਆ ਸਤਿਗੁਰ ਗੁਰ ਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਵਾ ਵਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਸੰਧਿਆ ਵੇਲੇ ਜੁੜ ਬੈਠੇ ਸਤ ਸੰਗੀ ਜਨੋ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਆਪ ਸਰਵਣ ਕਰ ਰਹੇ ਸੀ। ਆਓ ਕੁਝ ਸਮਾਂ ਗੁਰਮਤਿ ਵਿਚਾਰ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਆਪ ਸੰਗਤ ਪਿਆਰ ਸਤਿਕਾਰ ਸਹਿਤ ਆਰੰਭਤਾ ਤੋਂ ਪਹਿਲਾਂ ਗੁਰਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਵਨ ਪਵਿੱਤਰ ਪੌੜੀ ਚਾਰ ਲਾਵਾਂ ਵਿੱਚੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਆਪ ਜੀ ਨੇ ਸਰਵਣ ਕੀਤੀ ਹੈ। ਰਹਿੰਦੇ ਤਿੰਨ ਦਿਨਾਂ ਵਿੱਚ ਗੁਰੂ ਕਿਰਪਾ ਸਦਕਾ ਯਤਨ ਕਰਾਂਗੇ ਕਿ ਸਿੱਖ ਦੀ ਆਨੰਦ ਰੀਤੀ ਨਾਲ ਸੰਬੰਧਿਤ ਕੁਝ ਵਿਚਾਰਾਂ ਦੀ ਸਾਂਝ ਕੀਤੀ ਜਾ ਸਕੇ। ਸਭ ਤੋਂ ਪਹਿਲਾਂ ਜਦੋਂ ਸਾਡੀ ਸਿੱਖ ਰਹਿਤ ਮਰਿਆਦਾ ਦਾ ਜ਼ਿਕਰ ਹੁੰਦਾ ਹੈ ਤੇ ਉਹਦੇ ਚ ਸਭ ਤੋਂ ਪਹਿਲਾਂ ਸਾਡੀ ਪਰਿਭਾਸ਼ਾ ਆਈ ਹੈ ਕਿ ਸਿੱਖ ਹੁੰਦਾ ਕੌਣ ਹੈ, ਕਿਉਂਕਿ ਇਹ ਸ਼ਬਦ ਬਾਅਦ ਵਿੱਚ ਜੁੜਨਗੇ। ਸਿੱਖ ਦਾ ਆਨੰਦ ਕਾਰਜ ਗੁਰੂ ਦਾ ਸਿੱਖ, ਪਰ ਇੱਕ ਸਿੱਖ ਵੈਸੇ ਸਿੱਖ ਦਾ ਦੂਸਰਾ ਸ਼ਬਦ ਹੈ ਸਿੱਖਣਾ ਵੀ ਹੈ, ਪਰ ਜੋ ਸਿੱਖ ਕਮਿਊਨਿਟੀ ਦਾ ਜ਼ਿਕਰ ਹੈ ਨਾ ਉਹਦੀ ਪਰਿਭਾਸ਼ਾ ਵਿਦਵਾਨਾਂ ਨੇ ਸਾਡੀ ਰਹਿਤ ਮਰਿਆਦਾ 'ਚ ਘੜੀ।
ਉਹਦਾ ਇੱਕ ਉੱਚਾ ਅਤੇ ਓਪਨ ਜਿਹਾ ਜਿਹੜਾ ਰੂਪ ਹੈ ਨਾ, ਉਹ ਸਾਡੇ ਸਾਹਮਣੇ ਰਹਿਤ ਮਰਿਆਦਾ ਨੇ ਬਿਆਨ ਕੀਤਾ। ਉਹ ਸ਼ਬਦ ਨੇ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਭਾਵੇਂ ਉਹ ਮਰਦ ਹੈ ਜਾਂ ਔਰਤ ਹੈ, ਇੱਕ ਅਕਾਲ ਪੁਰਖ ਦਾ ਉਪਾਸ਼ਕ ਹੋਏ। ਹੁਣ ਇੱਕ ਅਕਾਲ ਪੁਰਖ ਦਾ ਉਪਾਸ਼ਕ ਬਣਨ ਵਾਸਤੇ ਸਿੱਖਿਆ ਕਿਹਦੇ ਕੋਲ ਲੈਣੀ ਹੈ, ਇਹ ਵੀ ਅੱਗੇ ਪ੍ਰਾਵਧਾਨ। ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ, ਸ਼੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਖੰਡੇ ਬਾਟੇ ਤੇ ਨਿਸ਼ਚਾ ਰੱਖਦੇ ਹੋਰ ਕਿਸੇ ਧਰਮ ਨੂੰ ਨਹੀਂ ਮੰਨਦੇ, ਉਹ ਸਿੱਖ ਹੈ। ਇਹ ਪਰਿਭਾਸ਼ਾ ਹੈ ਛੋਟੀ ਜੀ। ਹੁਣ ਇੱਥੇ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜਿਹੜੀ ਵਿਚਾਰ ਹੈ ਨਾ, ਉਹਨੂੰ ਅਸੈਪਟ ਕਰਨ ਦਾ ਸਿਲਸਿਲਾ ਇੱਥੋਂ ਸ਼ੁਰੂ ਹੁੰਦਾ। ਜਿੰਨਾ ਚਿਰ ਤੱਕ ਮਰਿਆਦਾ ਦੀ ਸਾਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਹੋਏਗਾ ਵੀ ਸਾਡੀ ਜਿਹੜੀ ਓਪਨ ਪਰਿਭਾਸ਼ਾ ਹੈ ਉਹ ਕੀ ਹੈ, ਉਹਨਾਂ ਚਿਰ ਤੱਕ ਅਸੀਂ ਅੱਗੇ ਦੀ ਵਿਚਾਰ ਨਾਲ ਨਹੀਂ ਜੁੜ ਪਾਏਗੇ। ਹੁਣ ਸਪਸ਼ਟ ਕਲੀਅਰ ਹੈ ਵੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜੋ ਵਿਚਾਰ ਤੁਹਾਡੀ ਝੋਲੀ 'ਚ ਪਾਈ ਗਈ ਹੈ ਉਹਨੂੰ ਫੋਲੋ ਕਰਨਾ। ਉਹ ਵਿਚਾਰ ਇੱਕ ਅਕਾਲ ਦੀ ਹੈ, ਉਹ ਵਿਚਾਰ ਇੱਕ ਪਰਮਾਤਮਾ ਦੀ ਹੈ, ਉਹ ਵਿਚਾਰ ਤੁਹਾਨੂੰ ਇੱਕ ਦੀ ਉਪਾਸ਼ਕੀ ਸਿਖਾਏਗੀ, ਉਹ ਵਿਚਾਰ ਮਰਿਆਦਾ ਦੇ ਬੰਨ੍ਹਣੂ 'ਚ ਬੰਨੇਗੀ, ਉਸੇ ਵਿਚਾਰ ਨੇ ਤੁਹਾਨੂੰ ਜ਼ਿੰਦਗੀ ਦੇ ਚੰਗੇ ਮਾੜੇ ਤੋਂ ਜਾਣੂ ਕਰਾਉਣੇ। ਉਹ ਵਿਚਾਰ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਰਜ ਹੈ। ਹੁਣ ਇਹ ਪਹਿਲਾ ਰੂਪ ਹੈ ਜੀ ਸਾਡੀ ਪਰਿਭਾਸ਼ਾ। ਉਸ ਤੋਂ ਬਾਅਦ ਅਗਲਾ ਪਾਖਾ ਹੈ। ਹੁਣ ਸਿੱਖ ਦੇ ਜੀਵਨ 'ਚ ਬਹੁਤ ਸਾਰੀਆਂ ਰੀਤੀਆਂ ਨੇ। ਰਹਿਤ ਮਰਿਆਦਾ 'ਚ ਚਾਰ ਸੰਸਕਾਰਾਂ ਦਾ ਜ਼ਿਕਰ ਕੀਤਾ ਗਿਆ। ਜਨਮ ਸੰਸਕਾਰ ਦਾ ਜ਼ਿਕਰ ਹੈ, ਉਸ ਤੋਂ ਬਾਅਦ ਅਨੰਤ ਸੰਸਕਾਰ ਦਾ ਜ਼ਿਕਰ ਹੈ, ਉਸ ਤੋਂ ਬਾਅਦ ਨਾਮ ਸੰਸਕਾਰ ਦਾ ਪਹਿਲਾਂ, ਫਿਰ ਅਨੰਤ ਸੰਸਕਾਰ ਦਾ, ਅਤੇ ਅਖੀਰ ਮ੍ਰਿਤਕ ਸੰਸਕਾਰ ਦਾ ਜ਼ਿਕਰ। ਇਹਨਾਂ ਚਾਰਾਂ ਦੇ ਵੱਖ ਵੱਖ ਪ੍ਰਾਵਧਾਨ ਨੇ। ਇਸ ਕਰਕੇ ਮੈਂ ਅਰਜ਼ ਕਰਨੀ ਚਾਹੁੰਦਾ, 32 ਪੇਜਾਂ ਦੀ ਇੱਕ ਛੋਟੀ ਜਿਹੀ ਕਿਤਾਬ ਹੈ ਸਿੱਖ ਰਹਿਤ ਮਰਿਆਦਾ। ਮੇਰੇ ਖਿਆਲ ਨਾਲ ਜੇ ਪੰਜਾਬੀ ਪੜ੍ਹਨ ਵਾਲਾ ਬੰਦਾ ਉਹਨੂੰ ਅੱਧੇ ਪੌਣੇ ਘੰਟੇ 'ਚ ਪੜ੍ਹ ਸਕਦਾ, ਇੱਕ ਵਾਰ ਜ਼ਿੰਦਗੀ 'ਚ ਜ਼ਰੂਰ ਪੜ੍ਹੋ, ਤਾਂ ਕਿ ਸਾਨੂੰ ਪਤਾ ਲੱਗੇ ਸਾਡੇ ਬੋਲੇ ਕੀ ਨੇ, ਸਾਡਾ ਕਰਮ ਕੀ ਹੋਣਾ ਚਾਹੀਦਾ। ਉਹ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਤੇ ਆਧਾਰਿਤ ਹੈ। ਹਾਂ ਠੀਕ ਹੈ, ਕਿਸੇ ਨਾ ਕਿਸੇ ਪੱਖ 'ਤੇ ਕੁਝ ਕਮਜ਼ੋਰੀਆਂ ਹੋ ਸਕਦੀਆਂ ਨੇ, ਪਰ ਉਹ ਸਮੁੱਚੀ ਮਰਿਆਦਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਤੋਂ ਜਾਣੂ ਕਰਾਉਂਦੀ। ਉਹਦੇ 'ਚ ਹੀ ਇੱਕ ਆਨੰਦ ਰੀਤੀ ਦਾ ਵੀ ਜ਼ਿਕਰ ਹੈ, ਜਿਹਨੂੰ ਅਸੀਂ ਆਨੰਦ ਕਾਰਜ ਕਹਿੰਦੇ। ਹੁਣ ਆਨੰਦ ਕਾਰਜ ਦਾ ਜਿਹੜਾ ਰੂਪ ਹੈ ਉਹ ਸਿੱਖ ਦਾ ਕਿਹੋ ਜਿਹਾ ਹੋਵੇ, ਇਹ ਅਸੀਂ ਬਾਣੀ 'ਚੋਂ ਵੇਖਦੇ। ਪਰ ਆਨੰਦ ਕਾਰਜ ਤੋਂ ਪਹਿਲਾਂ ਇੱਕ ਸ਼ਬਦ ਅਸੀਂ ਵਰਤਦੇ ਹਾਂ, ਸੰਜੋਗ, ਮਿਲਾਪ ਦਾ ਜ਼ਿਕਰ ਹੈ। ਕਿਉਂਕਿ ਆਨੰਦ ਕਾਰਜ ਹੋਏਗਾ ਹੀ ਤਾਂ ਜੇ ਮਿਲਾਪ ਹੈ, ਸੰਜੋਗ ਹੈ। ਜੇ ਸੰਜੋਗ ਨਹੀਂ ਤਾਂ ਆਨੰਦ ਕਾਰਜ ਨਹੀਂ।
ਹੁਣ ਜਿਹੜਾ ਗੁਰਮਤਿ 'ਚ ਆਨੰਦ ਕਾਰਜ ਦੀ ਪਰਿਭਾਸ਼ਾ ਦਿੱਤੀ ਗਈ ਹੈ ਉਹ ਬੜੇ ਕਮਾਲ ਦੀ ਹੈ। ਗੁਰੂ ਸਾਹਿਬ ਨੇ ਚਾਰ ਲਾਵਾਂ ਦਾ ਜ਼ਿਕਰ ਕੀਤਾ ਹੈ। ਇੱਥੇ ਸਤਿਗੁਰੂ ਪਰਿਵਾਰਕ ਪਿਛੋਕੜ ਦੀਆਂ ਦਾਸਤਾਨਾਂ ਅਤੇ ਪਰਿਵਾਰਕ ਸੰਬੰਧਾਂ ਦਾ ਜ਼ਿਕਰ ਕਰਦੇ ਨੇ। ਨਾਲ ਨਾਲ ਗੁਰੂ ਸਾਹਿਬ ਜੀ ਨੇ ਦਾਜ ਲੈਣ ਦੀ ਪ੍ਰਥਾ, ਇਹਨਾਂ ਸਾਰੀਆਂ ਕੁਰੀਤੀਆਂ 'ਤੇ ਆਪਣੇ ਕਮੈਂਟਸ ਦਿੱਤੇ ਨੇ ਅਤੇ ਇੱਕ ਜੀਵਨ ਦੀ ਸ਼ੈਲੀ ਕਿਸ ਤਰੀਕੇ ਨਾਲ ਤੋਰਨੀ ਹੈ ਉਹਦਾ ਵੀ ਜ਼ਿਕਰ ਕੀਤਾ। ਆਨੰਦ ਕਾਰਜ ਤੋਂ ਬਾਅਦ ਦੀ ਲਾਈਫ ਕਿਹੋ ਜਿਹੀ ਹੋਵੇ ਉਹ ਸਾਰੀਆਂ ਵਿਚਾਰਾਂ ਇਸ ਬਾਣੀ 'ਚ ਸਮੋਈਆਂ ਹੋਈਆਂ। ਪਰ ਮੈਂ ਅਫਸੋਸ ਨਾਲ ਕਹਿੰਦਾ ਮੇਰੀ ਕੌਮ ਜਦੋਂ ਆਨੰਦ ਕਾਰਜ ਦਾ ਵਿਸ਼ਾ ਹੁੰਦਾ ਉਦੋਂ ਚੁਟਕੀਆਂ ਮਾਰਨ ਲੱਗ ਪੈਂਦੀ ਵੀ ਇਹਦੇ ਵਾਸਤੇ ਸਮਾਂ ਘੱਟ ਹੈ, ਸਾਡੇ ਟਾਈਮ ਘੱਟ ਹੈ। ਹੁਣ ਆਓ ਥੋੜ੍ਹਾ ਜਿਹਾ ਰੂਪ ਵੇਖ ਲਈਏ ਰਹਿਤ ਮਰਿਆਦਾ ਮੁਤਾਬਕ, ਫਿਰ ਗੁਰਬਾਣੀ ਵਾਲੇ ਪਾਸੇ ਆਵਾਂ। ਰਹਿਤ ਮਰਿਆਦਾ ਦਾ ਪਹਿਲਾ ਪੁਆਇੰਟ ਹੈ ਜੀ, ਸਿੱਖ ਦਾ ਆਨੰਦ ਕਾਰਜ ਸਿੱਖ ਨਾਲ ਹੋਵੇ। ਸਿੱਖ ਬੱਚੇ ਦਾ ਆਨੰਦ ਕਾਰਜ ਸਿੱਖ ਬੱਚੀ ਨਾਲ ਹੋਵੇ, ਸਿੱਖ ਬੱਚੀ ਦਾ ਸਿੱਖ ਬੱਚੇ ਨਾਲ। ਦੂਸਰੇ ਧਰਮ 'ਚ ਆਨੰਦ ਕਾਰਜ ਕਰਨ ਦੀ ਗੁਰਮਤਿ ਦੀ ਮਰਿਆਦਾ 'ਚ ਸਖ਼ਤ ਮਨਾਹੀ ਕੀਤੀ ਗਈ ਹੈ। ਇਹਦੀ ਬੜੀ ਡੂੰਘੇ ਵਿਚਾਰ ਸਨ, ਪਿਛਲੇ ਦਿਨੀ ਵੀ ਕੀਤੇ, ਪਰ ਇਹਦੇ 'ਚ ਇੱਕ ਬਹੁਤ ਵੱਡਾ ਰੂਪ ਵੀ ਹੈ ਵੀ ਜਦੋਂ ਤੁਹਾਡੇ ਧਰਮ 'ਤੇ ਤੁਹਾਡੀ ਵਿਚਾਰ 'ਚ ਕੋਈ ਦੂਸਰਾ ਆ ਕੇ ਹਾਵੀ ਹੁੰਦਾ, ਕਿਸੇ ਦੂਸਰੇ ਦੀ ਵਿਚਾਰ ਪ੍ਰਭਾਵੀ ਹੁੰਦੀ ਹੈ, ਉਹਦਾ ਅਸਰ ਤੁਹਾਡੀ ਔਲਾਦ 'ਤੇ ਪੈਂਦਾ। ਤੁਸੀਂ ਭਾਵੇਂ ਅਸੈਪਟ ਕਰ ਲਓ ਪਰ ਤੁਹਾਡੇ ਬੱਚੇ, ਤੁਹਾਡੇ ਪਰਿਵਾਰ ਅਗਾਂਹ ਉਹ, ਕਿਉਂਕਿ ਜਿਹੜੀ ਕਣੀ ਹੈ ਨਾ ਉਹ ਕਦੀ ਨਹੀਂ ਜਾਂਦੀ ਜਿੰਨਾ ਮਰਜ਼ੀ ਜ਼ੋਰ ਲਾ। ਜਿਹੜੀ ਖਾਨਦਾਨੀ ਬਿਰਤ ਮੰਨ ਲਓ 10 ਪੀੜ੍ਹੀਆਂ ਤੋਂ ਪਈ ਹੈ ਉਹਨੂੰ ਤੁਸੀਂ ਕੱਢਣ ਲੱਗਿਆਂ ਸਾਰੀ ਅੱਡੀ ਚੋਟੀ ਦਾ ਜ਼ੋਰ ਲਾ ਲਓਗੇ, ਨਹੀਂ ਨਿਕਲਦੇ। ਇਹੀ ਕਾਰਨ ਹੈ ਜਿਹੜੇ ਬਹੁਤੀ ਵਾਰ ਅਨਮਤ ਵਾਲੇ ਸਾਡੇ ਸਿੱਖ ਬਣੇ ਹੁੰਦੇ ਨੇ ਨਾ, ਉਹ ਠੀਕ ਹੈ ਉਹਨਾਂ ਦੀ ਸ਼ਰਧਾ ਪੂਰੀ ਹੈ, ਵਿਸ਼ਵਾਸ ਪੂਰਾ ਹੈ, ਉਹ ਆਪਣੇ ਗੁਰੂ ਪ੍ਰਤੀ ਸਮਰਪਿਤ ਵੀ ਪੂਰੇ ਨੇ, ਪਰ ਜਦੋਂ ਕਦੀ ਐਸੇ ਬੰਦਿਆਂ ਨੂੰ ਅਗਵਾਈ ਮਿਲਦੀ ਹੈ ਨਾ ਤੇ ਉਹ ਕਿਤੇ ਨਾ ਕਿਤੇ ਨਾ ਚਾਹੁੰਦਿਆਂ ਹੋਇਆਂ ਵੀ ਕੌਮ ਨਾਲ ਧੋਖਾ ਹੋ ਜਾਂਦੇ, ਕਿਉਂਕਿ ਉਹਨਾਂ ਦੇ ਅੰਦਰ ਉਹ ਕਣੀ ਨਿਕਲ ਆਉਂਦੀ ਹੈ ਜਿਹੜੀ ਕਣੀ ਕਿਤੇ ਨਾ ਕਿਤੇ ਉਸ ਰੂਪ 'ਚ ਉਹਨਾਂ ਨੂੰ ਦੂਰ ਕਰ ਦਿੰਦੀ ਹੈ। ਅਸੀਂ ਮਾਸਟਰ ਤਾਰਾ ਸਿੰਘ ਦੇ ਰੂਪ 'ਚ ਵੇਖਿਆ ਨਾ ਜਦੋਂ ਖਾਲਿਸਤਾਨ ਦੀ ਗੱਲ ਚੱਲਦੀ ਸੀ, ਇਹਨੂੰ ਅਸੀਂ ਬਲਦੇਵ ਸਿੰਘ ਦੇ ਰੂਪ 'ਚ ਵੇਖੀ। ਪਹਿਲਾ ਜਿਹੜਾ ਰੂਲ ਹੈ ਨਾ ਰਹਿਤ ਮਰਿਆਦਾ ਦਾ ਉਹ ਇੱਕ ਪੁਆਇੰਟ ਹੈ ਵੀ ਸਿੱਖ ਦਾ ਆਨੰਦ ਕਾਰਜ ਸਿੱਖ ਨਾਲ, ਕਿਉਂਕਿ ਕਾਰਨ ਕੀ ਹੈ, ਤੁਸੀਂ ਸਿੱਖਾਂ ਦੇ ਬੱਚੇ ਹੋ। ਮੰਨ ਲਓ ਮੈਂ ਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ, ਮੇਰੇ ਮਾਂ ਬਾਪ ਨੇ ਬਚਪਨ ਤੋਂ ਗੁੜਤੀ, ਵੈਸੇ ਹੁਣ ਤਾਂ ਗੁੜਤੀਆਂ ਦੇਣ ਦੀਆਂ ਕਹਾਣੀਆਂ ਦੂਰ ਚਲੀਆਂ ਗਈ, ਨਹੀਂ ਤਾਂ ਮਾਂ ਬਾਪ ਬਚਪਨ ਤੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ, ਬੱਚਿਆਂ ਨੂੰ ਬਚਪਨ ਤੋਂ ਵਿਚਾਰ ਦੇ ਨਾਲ ਨਵਾਜਿਆ ਜਾਂਦਾ ਸੀ, ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਿਠਾਇਆ ਜਾਂਦਾ, ਉਹਨੂੰ ਉਹ ਵਿਚਾਰ ਦਿੱਤੀ ਜਾਣੀ ਜਿਸ ਵਿਚਾਰ ਦੇ ਨਾਲ ਉਹਦਾ ਜੀਵਨ ਪੱਧਰ ਉੱਚਾ ਹੋਵੇ। ਧੰਨ ਤਾਂ ਉਹਨੇ ਬਿਜ਼ਨਸ ਤਾਂ ਉਦੋਂ ਵੀ ਕਰਦੇ ਸਨ, ਅੱਜ ਵੀ ਕਰਦੇ, ਮਿਹਨਤ ਉਦੋਂ ਵੀ ਹੁੰਦੀ ਸੀ, ਪਰ ਉਦੋਂ ਜੀਵਨ ਦੀ ਕਦਰਾਂ ਕੀਮਤਾਂ ਦਾ ਵੀ ਜ਼ਿਕਰ ਕੀਤਾ ਜਾਂਦਾ ਸੀ, ਕੇਵਲ ਧੰਨ ਦਾ ਨਹੀਂ। ਪਰ ਹੁਣ ਇੱਕ ਰੂਪ ਅਸੀਂ ਤਿਆਗ ਚੁੱਕੇ ਹਾਂ, ਅਫਸੋਸ ਨਾਲ ਕਹਿਣਾ ਪੈਂਦਾ, ਸਾਡੇ ਘਰ ਦੇ ਵਿਹੜੇ 'ਚ ਡਾਕਟਰ ਬਣਨ ਦੀ ਗੱਲ ਹੈ ਪਰ ਡਾਕਟਰ ਬਣਨ ਦੇ ਨਾਲ ਗੁਰਸਿੱਖ ਬਣਨ ਦੀ ਗੱਲ ਨਹੀਂ ਹੈ।
ਚੰਗੀ ਡਿਗਰੀ ਹਾਸਲ ਕਰਨ ਦਾ ਜ਼ਿਕਰ ਹੈ, ਉੱਚ ਅਹੁਦੇ 'ਤੇ ਪਹੁੰਚਣ ਦਾ ਜ਼ਿਕਰ ਹੈ, ਪਰ ਆਪਣੇ ਜੀਵਨ ਦੀਆਂ ਕਦਰਾਂ ਕੀਮਤਾਂ ਨੂੰ ਉੱਚਾ ਕਿਵੇਂ ਬਣਾਉਣਾ ਹੈ ਇਹਦਾ ਜ਼ਿਕਰ ਨਹੀਂ ਹੈ। ਅਸੀਂ ਆਨੰਦ ਕਾਰਜ ਦੇ ਸਫ਼ਰ ਵੱਲ ਤੁਰਨਾ ਚਾਹੁੰਦੇ ਹਾਂ, ਪਰ ਉਸ ਰੂਪ ਨੂੰ ਵੇਖਣਾ ਕਿਵੇਂ, ਇਸ ਗੱਲ ਦਾ ਜ਼ਿਕਰ ਬਹੁਤ ਘੱਟ ਹੈ। ਜਿਹੜੀ ਪੁਰਾਤਨ ਰੀਤ ਹੈ ਨਾ ਸਾਡੀ, ਉਹ ਇਸ ਗੱਲ ਦੀ ਬੜੀ ਗਵਾਹੀ ਭਰਦੀ ਹੈ ਵੀ ਬਚਪਨ ਸ਼ੁਰੂ ਹੋਇਆ, ਬੱਚੇ ਦਾ ਮਾਂ ਆਪ ਬਾਣੀ ਪੜ੍ਹਦੀ ਹੈ, ਨਾਲ ਬੱਚੇ ਨੂੰ ਪੜ੍ਹਾਉਂਦੀ, ਉਹ ਫਿਰ ਕਦਰਾਂ ਕੀਮਤਾਂ ਸਿੱਖਦੇ ਜ਼ਿੰਦਗੀ ਦੀ, ਉਹਦਾ ਗੁਰੂ 'ਤੇ ਵਿਸ਼ਵਾਸ ਬਚਦਾ। ਉਹ ਕਹਿੰਦਾ ਜ਼ਿੰਦਗੀ 'ਚ ਕਦੀ ਧੋਖਾ ਨਹੀਂ ਦੇਣਾ ਕਿਸੇ। ਇਹੀ ਕਾਰਨ ਹੈ ਅੱਜ ਤੋਂ 50 ਸਾਲ, ਮੇਰੇ ਖਿਆਲ ਨਾਲ 30 ਸਾਲ ਪਹਿਲਾਂ ਚਲੇ ਜਾਓ, ਲੱਖ ਪਤੀ ਪਤਨੀ 'ਚ ਝਗੜਾ ਹੋ ਜਾਂਦਾ ਸੀ, ਤਲਾਕ ਤੱਕ ਨੌਬਤ ਕਦੀ ਨਹੀਂ ਆਈ, ਭਾਵੇਂ ਸਵੇਰੇ ਸ਼ਾਮ ਡਾਂਗਾਂ ਖੜਕਦੀਆਂ ਹੋਣ, ਕੋਈ ਫਰਕ ਨਹੀਂ ਸੀ, ਪਰ ਕਿਸੇ ਦਾ ਛੁੱਟ ਛੁਟਾ ਮੈਂ ਆਪਣੀ ਲਾਈਫ 'ਚ ਬਜ਼ੁਰਗਾਂ ਕੋਲੋਂ ਨਹੀਂ ਸੁਣਿਆ ਵੀ ਕਿਸੇ ਦੇ ਘਰ ਤਲਾਕ। ਸਾਡੇ ਬਜ਼ੁਰਗ ਦਾਦਾ ਜੀ ਮੇਰੇ ਕਹਿੰਦੇ, ਅਸੀਂ ਆਪਣੀ ਜ਼ਿੰਦਗੀ ਦਾ ਇੰਨਾ ਸਮਾਂ ਹੰਢਾ ਲਿਆ, ਅਸੀਂ ਤਲਾਕ ਸ਼ਬਦ ਨਹੀਂ ਸੁਣਿਆ, ਇਹ ਤਾਂ ਹੁਣ ਤੀਜੇ ਕੁ ਦਿਨ ਕੋਈ ਖਬਰ ਆਈ ਰਹਿੰਦੀ ਹੈ ਵੀ ਤਲਾਕ ਤਲਾਕ ਤਲਾਕ। ਇਹ ਕਹਾਣੀ ਤਾਂ ਸਾਡੇ ਵਿਹੜੇ 'ਚ ਵੜੀ ਹੈ, ਸਾਡੀ ਕਮਜ਼ੋਰੀ ਕਰ। ਹੁਣ ਸਿੱਖ ਦਾ ਜਿਹੜਾ ਆਨੰਦ ਕਾਰਜ ਹੈ ਉਹ ਸਿੱਖ ਨਾਲ ਹੋਣਾ ਹੈ, ਅਤੇ ਪਹਿਲਾ ਰੂਪ ਹੈ ਵੀ ਬੱਚੀ ਵੀ ਸਿੱਖ ਹੋਵੇ ਅਤੇ ਬੱਚਾ ਵੀ ਸਿੱਖ ਹੋਵੇ। ਇਹਦਾ ਮਤਲਬ 25 ਸਾਲ ਤੱਕ ਬੱਚੀ ਨੂੰ ਵੀ ਗੁਰਮਤਿ ਦੀ ਨੌਲੇਜ ਹੋਗੀ ਅਤੇ ਬੱਚੇ ਨੂੰ ਵੀ ਗੁਰਮਤਿ ਦੀ ਨੌਲੇਜ ਹੋਗੀ। ਹੁਣ ਦੋਨਾਂ ਨੂੰ ਪਤਾ ਹੈ ਅਸੀਂ ਧਰਮ ਕਿਹੜਾ ਕਮਾਉਣਾ, ਦੋਨਾਂ ਨੂੰ ਪਤਾ ਹੈ ਅਸੀਂ ਕਿਸ ਧਾਮ 'ਤੇ ਜਾਣਾ। ਹੁਣ ਮੰਨ ਲਓ ਇੱਕ ਮਸੀਤ ਜਾਣ ਵਾਲੀ ਹੋਵੇ ਅਤੇ ਦੂਜਾ ਗੁਰਦੁਆਰੇ ਆਉਣ ਵਾਲਾ, ਝਗੜਾ ਤੇ ਧਰਮ ਤੋਂ ਪੈ ਗਿਆ, ਬਾਕੀ ਲਾਈਫ ਤਾਂ ਬਾਹਰ ਦੀ ਹੈ। ਹੁਣ ਉਹ ਆਪਣੇ ਤਿਉਹਾਰ ਮਨਾਉਣਾ ਚਾਹੁੰਦੀ ਹੈ, ਉਹ ਆਪਣੇ ਤਿਉਹਾਰ ਮਨਾਉਣਾ ਚਾਹੁੰਦੇ, ਦੋਨਾਂ ਦਾ ਕਲੇਸ਼। ਮੈਂ ਸਾਰਿਆਂ 'ਤੇ ਨਹੀਂ ਲਾਉਂਦਾ, ਕਈ ਅਸੈਪਟ ਹੋ ਵੀ ਜਾਂਦੀਆਂ ਨੇ, ਪਰ ਬਹੁਤਾਤ ਇਹੀ ਕੁਝ ਹੈ। ਘਰ 'ਚ ਝਗੜਾ ਧਰਮ ਤੋਂ ਸ਼ੁਰੂ ਹੁੰਦੇ, ਉਹ ਫਿਰ ਲਾਈਫ ਦੇ ਹੋਰ ਕਹਾਣੀਆਂ 'ਚ, ਹੋਰ ਵਿਚਾਰਾਂ 'ਚ ਵੀ ਉਹ ਲੜਾਈਆਂ ਝਗੜੇ ਆ ਕੇ ਸ਼ਾਮਿਲ ਹੋ ਜਾਂਦੇ, ਕਿਉਂਕਿ ਇੱਕ ਵਾਰ ਜਿਹੜਾ ਫਿੱਕ ਪੈਣਾ ਸ਼ੁਰੂ ਹੋ ਜਾਂਦੇ ਉਹਦਾ ਦਾਇਰਾ ਵੱਧਦਾ ਹੈ, ਘੱਟਦਾ ਨਹੀਂ। ਇਸ ਕਰਕੇ ਸਤਿਗੁਰੂ ਨੇ ਗੁਰਬਾਣੀ 'ਚ ਜਿਹੜੀ ਪਤੀ ਪਤਨੀ ਦੀ ਡੈਫੀਨੇਸ਼ਨ ਵੀ ਦਿੱਤੀ ਹੈ ਨਾ, ਉਹ ਬੜੇ ਸਪਸ਼ਟ ਲਹਿਜੇ 'ਚ ਕਿਹਾ ਵੀ ਵਿਚਾਰ ਦੀ ਸਾਂਝ ਜ਼ਰੂਰੀ ਹੈ, ਥੌਟ ਇੱਕੋ ਹੋਣੇ ਚਾਹੀਦੇ, ਅਤੇ ਜੇ ਸੋਚ ਇੱਕ ਬਣੇਗੀ ਤਾਂ ਹੋਏਗੀ, ਜੇ ਬਣਾਈ ਨਹੀਂ ਗਈ ਤਾਂ ਸੋਚ ਇੱਕ ਨਹੀਂ ਹੋ ਸਕਦੀ। ਹੁਣ ਜਿਹਨੇ ਬੱਚੇ ਨੇ ਵੀ ਬਚਪਨ ਤੋਂ ਜਪਜੀ ਸਾਹਿਬ ਪੜ੍ਹਿਆ, ਉੱਧਰ ਬੱਚੀ ਨੇ ਵੀ ਜਪਜੀ ਸਾਹਿਬ ਪੜ੍ਹਿਆ, ਇੱਕ ਸੋਚ ਹੈ। ਹੁਣ ਜੇ ਅੱਜ ਦੇ ਧਰਮ ਵਾਲੀ ਗੱਲ ਵੇਖੀਏ, ਬੱਚੀ ਕਿਸੇ ਹੋਰ ਬਾਬੇ ਦੀ ਭਗਤ ਹੋਵੇ, ਬੱਚਾ ਕਿਸੇ ਹੋਰ ਬਾਬੇ ਦਾ ਭਗਤ ਹੈ, ਫਿਰ ਕਲੇਸ਼ ਖੜੇ ਆ। ਗੁਰਮਤਿ ਇੱਕ ਨਜ਼ਰੀਆ ਵੇਖਣਾ ਚਾਹੁੰਦੀ ਹੈ, ਗੁਰਮਤਿ ਇੱਕ ਵਿਚਾਰ ਦੇਣਾ ਚਾਹੁੰਦੀ ਹੈ। ਜਿਸ ਗੁਰੂ ਰਾਮਦਾਸ ਸਾਹਿਬ ਦੀਆਂ ਲਾਵਾਂ ਅਸੀਂ ਪੜ੍ਹ ਕੇ ਆਪਣਾ ਆਨੰਦ ਕਾਰਜ ਕਰਦੇ ਹਾਂ, ਉਸ ਗੁਰੂ ਰਾਮਦਾਸ ਸਾਹਿਬ ਅਤੇ ਬੀਬੀ ਭਾਨੀ ਦੀ ਵਿਚਾਰ ਨੂੰ ਦੇਖਿਆ ਗਿਆ। ਕਾਰਨ, ਗੁਰੂ ਅਮਰਦਾਸ ਸਾਹਿਬ ਦੀ ਛਤਰ ਛਾਇਆ ਹੇਠ ਭਾਈ ਜੇਠਾ ਵੀ ਰਹਿ ਅਤੇ ਬਾਣੀ ਨਾਲ ਜੁੜ ਕੇ ਜੀਵਨ ਬਤੀਤ ਕਰਦਾ, ਅਤੇ ਗੁਰੂ ਅਮਰਦਾਸ ਸਾਹਿਬ ਦੀ ਆਪਣੀ ਧੀ ਹੈ ਬੀਬੀ ਭਾਨੀ। ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਸਪੁੱਤਰੀ ਬੀਬੀ ਵੀਰੋ ਦਾ ਜ਼ਿਕਰ, ਉਹਦੇ 'ਚ ਵੀ ਇਹੀ ਪੱਖ ਬੜੀ ਸਪਸ਼ਟਤਾ ਦੇ ਨਾਲ ਸਾਹਮਣੇ ਆਉਂਦਾ। ਸੋ ਪਹਿਲਾ ਪੱਖ, ਅਗਰ ਜੀਵਨ 'ਚ ਅਸੀਂ ਵਿਚਾਰਕ ਤੌਰ 'ਤੇ ਸਾਂਝ ਚਾਹੁੰਦੇ ਹਾਂ
ਕੋਸ਼ਿਸ਼ ਕਰੀਏ, ਯਤਨ ਕਰੀਏ ਵੱਧ ਤੋਂ ਵੱਧ ਵੀ ਸਾਡੇ ਬੱਚਿਆਂ ਦਾ ਆਨੰਦ ਕਾਰਜ ਸਿੱਖ ਪਰਿਵਾਰਾਂ 'ਚ ਹੋਵੇ। ਉਹ ਭਾਵੇਂ ਹੁਣ ਰੂਪ ਬਦਲ ਚੁੱਕਾ ਵੀ ਬਹੁਤੀ ਨਹੀਂ ਰਹਿ ਗਈ ਸਿੱਖੀ ਵਿਹੜਿਆਂ 'ਚ, ਪਰ ਕਣੀ ਕਿਤੇ ਨਾ ਕਿਤੇ ਉਹੀ ਹੋਏਗੀ। ਉਹ ਫਿਰ ਧਰਮ ਦਾ ਝਗੜਾ ਖਤਮ ਹੋ ਜਾਂਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਹ ਸ਼ਬਦ ਫਿਰ ਵਾਰ ਵਾਰ ਕੇ ਘੁੰਮ ਆਉਂਦਾ ਹੈ, ਤਨ ਪਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਇਕੱਠੇ ਹੋ ਕੇ ਬਹਿ ਜਾਂਦੇ। ਇਹ ਪਤੀ ਪਤਨੀ ਦੀ ਨਿਸ਼ਾਨੀ ਨਹੀਂ ਹੈ, ਦੁਨੀਆਂ ਇਕੱਠੇ ਹੋ ਕੇ ਬਹਿੰਦੀ। ਏਕ ਜੋਤ ਦੋਏ ਮੂਲ, ਇਹ ਕੇਵਲ ਰੱਬ 'ਤੇ ਗੱਲਾਂ ਨਹੀਂ ਢੁੱਕਦੀਆਂ, ਸਾਡੀ ਲਾਈਫ 'ਤੇ ਵੀ ਢੁੱਕਦੀਆਂ ਨੇ, ਸਾਡੇ ਜੀਵਨ 'ਤੇ ਵੀ ਇਹਨਾਂ ਗੱਲਾਂ ਦਾ ਬੜਾ ਗਹਿਰਾ ਰੂਪ ਹੈ। ਜੇ ਅਸੀਂ ਵੇਖਣਾ ਚਾਹੀਦਾ, ਜੇ ਸਾਡੀ ਵਿਚਾਰ ਇੱਕ ਹੋਊਗੀ, ਝਗੜਾ ਜੀਵਨ 'ਚੋਂ ਮੁੱਕ ਜਾਏ, ਫਿਰ ਘਰ ਦੇ ਵਿਹੜੇ 'ਚ ਕਲੇਸ਼ ਨੇ। ਇਸੇ ਕਰਕੇ ਗੁਰਬਾਣੀ ਨੇ ਵਾਰ ਵਾਰ ਕਿਹਾ, ਭਾਈ ਦੁਬਧਾ ਮਿਟਾ, ਤੇਰੇ ਜੀਵਨ ਦੇ ਕਲੇਸ਼ਾਂ ਦਾ ਰੂਪ ਹੀ ਦੁਬਧਾ ਦੇ ਰੂਪ 'ਚ ਹੈ। ਅਤੇ ਦੁਬਧਾ ਜਿੱਥੇ ਦੋ ਬੇੜੀਆਂ ਦਾ ਜ਼ਿਕਰ ਹੋਵੇ ਨਾ, ਉੱਥੇ ਕਦੀ ਵੀ ਇੱਕ ਬੇੜੀ 'ਤੇ ਸਵਾਰ ਹੋ ਕੇ ਤੁਰਨ ਦੀ ਗੱਲ ਹੋ ਹੀ ਨਹੀਂ ਪਾਈ। ਇਸ ਕਰਕੇ ਪਹਿਲਾ ਪੁਆਇੰਟ ਸਾਡੀ ਮਰਿਆਦਾ 'ਚ ਰੱਖਿਆ ਗਿਆ ਵੀ ਸਿੱਖ ਦਾ ਆਨੰਦ ਕਾਰਜ ਸਿੱਖ ਨਾਲ ਹੋਣਾ ਚਾਹੀਦਾ। ਦੂਸਰਾ, ਰਹਿਤ ਮਰਿਆਦਾ ਦਾ ਇੱਕ ਅਗਲਾ ਰੂਪ ਹੈ, ਸਿੱਖ ਦਾ ਆਨੰਦ ਕਾਰਜ ਅਨਮਤ ਰੀਤੀ ਦੇ ਨਾਲ ਪ੍ਰਵਾਨ ਨਹੀਂ। ਅਨਮਤ ਰੀਤੀ, ਉਹਦੇ 'ਚ ਸਰਕਾਰਾਂ ਦੀ ਕੋਰਟ ਮੈਰਿਜ ਵੀ ਆਉਂਦੀ ਹੈ, ਉਹਦੇ 'ਚ ਹੋਰ ਬੇਦੀ ਦੁਆਲੇ ਜਾਂ ਹੋਰ ਬਹੁਤ ਸਾਰੇ ਰੂਪ। ਹੁਣ ਸਾਡਾ ਆਨੰਦ ਕਾਰਜ ਕੀ ਹੈ, ਜੋ ਰਹਿਤ ਮਰਿਆਦਾ ਮੁਤਾਬਕ ਹੈ। ਹੁਣ ਚਲੋ ਸਾਡੇ ਆਪਣੇ ਹਿਸਾਬ ਕਿਤਾਬ ਬਣ ਗਏ, ਹਰ ਇੱਕ ਪਰਿਵਾਰ ਦਾ ਪਿਛੋਕੜ ਜੁੜ ਜਾਂਦਾ ਵੀ ਸਾਡੇ ਬਜ਼ੁਰਗਾਂ 'ਚ ਇੰਝ ਹੁੰਦਾ ਸੀ, ਅਸੀਂ ਵੀ ਇੰਝ ਕਰਨਾ ਹੈ, ਅਗਾਂਹ ਵੀ ਸਾਡੀਆਂ ਔਲਾਦਾਂ ਇੰਝ ਹੀ ਕਰਨਗੀਆਂ। ਪਰ ਇੱਥੇ ਕੀ ਹੈ, ਰਹਿਤ ਮਰਿਆਦਾ 'ਚ ਲਿਖਿਆ ਦੋਨੋਂ ਪਰਿਵਾਰ ਆਪਸ 'ਚ ਵਿਚਾਰਾਂ ਕਰਨ, ਸਾਂਝ ਬਣ ਜਾਏ। ਜਦੋਂ ਸਾਂਝ ਬਣ ਗਈ, ਫਿਰ ਇੱਕ ਦਿਨ ਸਮਾਂ ਮਿਥ ਲਿਆ ਜਾਵੇ। ਲੜਕੀ ਵਾਲੇ ਅਗਰ ਚਾਹੁਣ ਤੇ ਆਨੰਦ ਕਾਰਜ ਤੋਂ ਪਹਿਲਾਂ ਲੜਕੇ ਦੇ ਪੱਲੇ ਕੁਝ ਮਿੱਠਾ ਤੇ ਕਕਾਰ ਪਾ ਸਕਦੇ, ਗੱਲ ਤੈਅ ਹੋ ਗਈ। ਫਿਰ ਇੱਕ ਦਿਨ ਮਿੱਥ ਲਿਆ ਜਾਵੇ, ਗੁਰਮਤ ਸਮਾਗਮ ਜਿਹ 'ਚ ਗੁਰਬਾਣੀ ਦੀ ਵਿਚਾਰ ਹੋ, ਗੁਰਬਾਣੀ ਦਾ ਕੀਰਤਨ ਹੋਵੇ, ਸੰਗਤ ਜੁੜੀ ਹੋਵੇ, ਭਰੀ ਸੰਗਤ ਵਿੱਚ ਆਨੰਦ ਰੀਤੀ ਨਿਭਾਈ ਜਾਵੇ, ਜਿਹਦੇ 'ਚ ਚਾਰ ਲਾਵਾਂ ਅਤੇ ਪਰਕਰਮਾਂ ਦਾ ਜ਼ਿਕਰ ਹੈ। ਅਤੇ ਰਹਿਤ ਮਰਿਆਦਾ ਇੱਥੇ ਆ ਕੇ ਗੱਲ ਸਮਾਪਤ ਕਰ ਦਿੰਦੀ ਹੈ, ਕਲੋਜ ਕਰ ਦਿੰਦੀ ਹੈ। ਜੇ ਆਨੰਦ ਕਾਰਜ ਹੋ ਗਿਆ, ਆਨੰਦ ਕਾਰਜ ਤੋਂ ਬਾਅਦ ਹੋਰ ਕੋਈ ਮਰਿਆਦਾ ਸਿੱਖ ਦੇ ਵਿਆਹ ਦੀ, ਸਿੱਖ ਦੇ ਆਨੰਦ ਕਾਰਜ ਦੀ ਬਾਕੀ ਨਹੀਂ ਰਹਿ ਜਾਂਦੀ। ਇਹ ਜੋ ਗੁਰਮਤ ਦਾ ਨਜ਼ਰੀਆ, ਹੁਣ ਸਾਡਾ ਸਮਾਜ ਕੀ ਕਰਦਾ, ਮੈਂ ਉਹਦੇ 'ਤੇ ਕਮੈਂਟ ਨਹੀਂ ਕਰ ਰਿਹਾ। ਹਰ ਇੱਕ ਬੰਦੇ ਦੀ ਆਪੋ ਆਪਣੀ ਰੀਤ ਹੈ। ਸਾਡਾ ਆਨੰਦ ਕਾਰਜ ਮਿਕਸ ਵੈਜੀਟੇਬਲ ਬਣ ਗਿਆ, ਇਹ ਤਾਂ ਸਾਨੂੰ ਪਤਾ ਵੀ ਪਹਿਲਾਂ ਅਸੀਂ ਰਿੰਗ ਸੈਰੇਮਨੀ ਕਰਦੇ, ਉਸ ਤੋਂ ਬਾਅਦ ਅਗਲਾ ਪੜਾਵ ਹੁੰਦਾ ਜੈ ਮਾਲਾ। ਰਿੰਗ ਸੈਰੇਮਨੀ ਅੰਗਰੇਜ਼ਾਂ ਵਾਲਾ ਪੂਰਾ ਵਿਆਹ, ਜੈ ਮਾਲਾ ਅਸੀਂ ਇੰਝ ਸਮਝਦੇ ਹਾਂ ਵੀ ਪਤਾ ਨਹੀਂ ਕਿੱਥੋਂ ਜਿੱਤ ਕੇ ਲੈ ਕੇ ਆਉਂਦੇ। ਅਤੇ ਤੀਸਰਾ, ਫਿਰ ਜਦੋਂ ਸਾਰੇ ਨਿਭ ਜਾਂਦੇ ਆ ਨਾ, ਫਿਰ ਆਨੰਦ ਕਾਰਜ ਵੱਲ ਥੋੜ੍ਹਾ ਜਿਹਾ ਟਾਈਮ ਕੱਢ ਕੇ ਅਸੀਂ ਆ ਜਾਂਦੇ ਹਾਂ ਵੀ ਚਲੋ ਚਾਰ ਲਾਵੇਂ ਵੀ ਪੜ੍ਹ ਲਈਆਂ, ਇਹ ਵੀ ਨਾਲ ਲੱਗਦਾ ਕੰਮ ਹੋ ਜਾਵੇ। ਪਰ ਜਦੋਂ ਚਾਰ ਲਾਵਾਂ ਵਿਚਾਰੋਗੇ ਨਾ, ਇਹ ਬੜੀ ਹੈਰਾਨਗੀ ਹੋਏਗੀ ਕਿ ਗੁਰੂ ਸਾਹਿਬ ਨੇ ਕਿਹੜੀਆਂ ਕਦਰਾਂ ਕੀਮਤਾਂ ਦਾ ਜ਼ਿਕਰ ਕੀਤਾ। ਇੱਕ ਗੁਣਕਾਰੀ ਲਾਈਫ ਨੂੰ ਜ਼ਿੰਦਗੀ 'ਚ ਕਿਵੇਂ ਬਣਾਉਣਾ, ਉਹ ਜੀਵਨ ਕਿਵੇਂ ਸਿਰਜਿਆ ਜਾਵੇ,
ਜਿਸ ਜੀਵਨ 'ਚ ਪਰਪੱਕਤਾ ਹੋਵੇ, ਜਿਸ ਜੀਵਨ 'ਚ ਇਮਾਨਦਾਰੀ ਹੋਵੇ, ਜਿਸ ਜੀਵਨ 'ਚ ਵਫਾਦਾਰੀ ਹੋਵੇ, ਜਿਸ ਜੀਵਨ 'ਚ ਇੱਕ ਦੂਜੇ ਦੇ ਉੱਪਰ ਭਰੋਸਾ ਬੱਝੇ, ਜਿਸ ਜੀਵਨ 'ਚ ਨਿਰਮਲ ਭਾਵ 'ਚ ਜੀਣਾ ਆ ਜਾਏ। ਇਹ ਸਾਰੀਆਂ ਗੱਲਾਂ ਲਾਵਾਂ 'ਚ ਸਿਖਾਈਆਂ ਗਈਆਂ। ਪਰ ਲਾਵਾਂ ਤੋਂ ਪਹਿਲਾਂ ਇੱਕ ਗੱਲ ਹੋਰ ਹੁੰਦੀ ਹੈ ਜਿਹਨੂੰ ਅਸੀਂ ਦਾਜ ਕਹਿੰਦੇ ਹਾਂ। ਇਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇੱਕ ਪਾਵਨ ਬਚਨ ਹੈ, ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵ ਦਾਨ ਮੈਂ ਦਾਜੋ। ਹੁਣ ਇਹ ਦਾਜ ਬੱਚੇ ਨੇ ਵੀ ਮੰਗਣੇ ਅਤੇ ਬੱਚੀ ਨੇ ਵੀ ਮੰਗਣੇ, ਇਹ ਦਾਜ ਸੱਸ ਨੇ ਵੀ ਮੰਗਣੇ ਅਤੇ ਸਹੁਰੇ ਨੂੰ ਵੀ ਚਾਹੀਦਾ। ਇਹ ਮਾਂ ਅਤੇ ਪਿਓ, ਦਰਾਣੀਆਂ ਜਠਾਣੀਆਂ, ਨਰਾਣ ਭਰਜਾਈਆਂ ਸਭ ਵਾਸਤੇ ਇਹ ਦਾਜ। ਇਹ ਇਕੱਲੀ ਨੌਂ ਦੇ ਪਿਓ ਦੇ ਉੱਪਰ ਬਲੇਮ ਲਾ ਕੇ ਅਤੇ ਉਹਨੂੰ ਠੱਗਣ ਵਾਲੀ ਬਿਰਤੀ ਨਹੀਂ ਹੈ। ਇਹ ਦਾਜ ਸਾਰਿਆਂ ਵਾਸਤੇ। ਹੁਣ ਸ਼ਬਦ ਪੜ੍ਹੋ, ਹਰ ਪ੍ਰਭ ਮੇਰੇ ਬਾਬੁਲਾ, ਰੱਬ ਸਾਡਾ ਬਾਬੁਲ ਹੈ, ਬਾਪ ਹੈ ਸਾਡਾ। ਅਸੀਂ ਆਨੰਦ ਕਾਰਜ ਦੋ ਬੱਚੀ ਅਤੇ ਬੱਚੇ ਤੱਕ ਸੀਮਿਤ ਕਰ ਦਿੰਦੇ ਨਹੀਂ, ਆਨੰਦ ਕਾਰਜ ਦੋ ਪਰਿਵਾਰਾਂ ਦਾ ਸੁਮੇਲ ਹੈ ਅਤੇ ਦੋਨਾਂ ਪਰਿਵਾਰਾਂ ਦੀ ਵਿਚਾਰਕ ਸਾਂਝ ਇੱਕ ਹੋਵੇ। ਇਸ ਕਰਕੇ ਸਭ ਤੋਂ ਪਹਿਲਾਂ ਸਟੈਪ ਮੈਂ ਫਿਰ ਦੁਹਰਾਉਣਾ ਚਾਹੁੰਦਾ, ਸਿੱਖ ਦਾ ਵਿਆਹ ਸਿੱਖ ਦੇ ਨਾਲ, ਦੋਨਾਂ ਪਰਿਵਾਰਾਂ ਦੀ ਵਿਚਾਰ ਇੱਕ ਹੋਣੀ ਚਾਹੀਦੀ। ਬੱਚੇ ਵਾਲੇ ਆਪਣੇ ਬੱਚੇ ਨੂੰ ਗੁਣਕਾਰੀ ਬਣਾਉਣ, ਧੀ ਵਾਲੇ ਆਪਣੀ ਧੀ ਨੂੰ। ਭਾਈ ਗੁਰਦਾਸ ਸਾਹਿਬ ਦੀ ਇੱਕ ਬੜੀ ਕਮਾਲ ਦਾ ਕਵਿਤ ਉਹਨਾਂ ਨੇ ਕਿਹਾ, ਕਹਿਣ ਲੱਗੇ ਉਸ ਧੀ ਨੂੰ ਸਹੁਰੇ ਘਰ ਜਾ ਕੇ ਚਾਬੀਆਂ ਖੋਣੀਆਂ ਨਹੀਂ ਪੈਂਦੀਆਂ ਜਿਹੜੀ ਗੁਣਾਂ ਦੇ ਨਾਲ ਭਰਪੂਰ ਹੈ। ਉਹਨੂੰ ਫਿਰ ਮਾਂ ਬਾਪ ਆਪ ਨਵਾਜਦੇ ਨੇ। ਮਾਂ ਬਾਪ ਗੁਣਕਾਰੀ ਹੋਣ, ਨੌ ਗੁਣਕਾਰੀ ਹੋਣ, ਸੌਦੇਬਾਜ਼ੀ ਕਰਕੇ ਨਾ ਆਈ ਹੋਣ, ਰਿਸ਼ਤਾ ਤੈਅ ਹੋਇਆ ਹੋਵੇ ਪਿਆਰ ਅਤੇ ਸਤਿਕਾਰ ਦੇ ਨਾਲ, ਮਨੁੱਖੀ ਕਦਰਾਂ ਕੀਮਤਾਂ 'ਤੇ ਆਧਾਰਿਤ। ਧਨ ਪਦਾਰਥਾਂ ਦੀ ਗੱਲ ਇੱਕ ਪਾਸੇ ਰੱਖ, ਜਿਸ ਬੱਚੀ ਨੇ 20 ਸਾਲ, 22 ਸਾਲ ਜਾਂ 25 ਸਾਲ ਕਹਿ ਲਓ, 30 ਸਾਲ ਕਹਿ ਲਓ, ਆਪਣੀ ਮਾਂ ਕੋਲੋਂ ਸਲੀਕਾ ਸਿੱਖਿਆ, ਗੁਣ ਸਿੱਖੇ ਨੇ, ਬਾਪ ਕੋਲੋਂ ਸਲੀਕਾ ਸਿੱਖਿਆ, ਗੁਣ ਸਿੱਖੇ ਨੇ, ਕਿਵੇਂ ਇੱਜ਼ਤ ਕਰਨੀ ਹੈ, ਕਿਵੇਂ ਸਤਿਕਾਰ ਕਰਨੇ ਸਿੱਖਿਆ, ਹੁਣ ਉਹ ਸਹੁਰੇ ਘਰ ਆ ਗਈ। ਭਾਈ ਗੁਰਦਾਸ ਸਾਹਿਬ ਦਾ ਕਵਿਤ, ਸਹੁਰੇ ਘਰ ਆ ਕੇ ਹੁਣ ਉਹ ਬੜੇ ਪਿਆਰ ਨਾਲ ਆਪਣੇ ਸਹੁਰੇ ਨੂੰ ਬਾਪ ਦਾ ਦਰਜਾ ਦਿੰਦੀ ਹੈ। ਆਪਣੇ ਘਰ ਦੇ ਵਿੱਚ ਦੇਵ ਨੂੰ ਛੋਟੇ ਭਰਾ ਦਾ, ਜੇਠ ਨੂੰ ਵੱਡੇ ਭਰਾ, ਨਣਾਨ ਨੂੰ ਭੈਣ ਦਾ ਦਰਜਾ ਦਿੰਦੀ। ਲਾਈਫ ਦਾ ਕਨਵਰਟ ਹੋਣਾ, ਜਿਹਨੂੰ ਸਾਹਿਬ ਨੇ ਕਿਹਾ ਪ੍ਰਵਿਰਤੀ ਕਰਮ, ਤਬਦੀਲੀ ਦਾ ਜ਼ਿਕਰ ਹੈ। ਉਹਨੇ ਦੇਰ ਨੂੰ ਛੋਟਾ ਭਰਾ ਮੰਨ ਲਿਆ, ਜੇਠ ਨੂੰ ਵੱਡਾ ਮੰਨ ਲਿਆ, ਨਣਾਮ ਨੂੰ ਆਪਣੀ ਭੈਣ ਮੰਨ ਲਿਆ, ਸੱਸ ਨੂੰ ਮਾਂ, ਸਹੁਰੇ ਨੂੰ ਬਾਪੂ, ਤੇ ਸਾਰਿਆਂ ਨਾਲ ਪਿਆਰ ਨਾਲ ਵਿਚਰਦੀ ਹੈ। ਕਮਾਲ ਦੀ ਗੱਲ ਹੈ, ਉਹਦੇ ਗੁਣਾਂ ਦੀ ਗੱਲ ਹੋਣ ਲੱਗ ਪਈ। ਪਰ ਸਾਡੇ 'ਚ ਨੁਕਤਾ ਚਿੰਨੀਆਂ ਬਹੁਤ ਨੇ। ਇੱਥੇ ਇੱਕ ਸ਼ਬਦ ਨਾ ਪੰਜਾਬੀ ਦਾ ਬਣਿਆ, ਆਟਾ ਗੁੰਦੀ ਹਿਲਦੀ ਕਿਉਂ, ਕੁਟਲ ਨੀਤੀਆਂ ਬਹੁਤ ਚੱਲਦੇ ਸੀ। ਨਾ ਸੱਸ ਨੌਂ ਨੂੰ ਟਿਕਣ ਦਿੰਦੀ ਹੈ ਅਤੇ ਨਾ ਨੌਂ ਸੱਸ ਨੂੰ, ਇਹੀ ਤਾਂ ਰੂਪ ਹੈ। ਮੈਨੂੰ ਇੱਕ ਬੜੀ ਸੋਹਣੀ ਕਿਸੇ ਨੇ ਦਾਸਤਾਨ ਸੁਣਾਈ ਸੀ, ਅਸੀਂ ਕੈਂਪ ਲਾ ਕੇ ਬੈਠੇ ਨੇ, ਸਵਾਲ ਬੜੇ ਕਮਾਲ ਦਾ ਕੀਤਾ। ਇੱਕ ਭੈਣ ਸੀ, ਮੇਰੇ ਖਿਆਲ ਨਾਲ ਮੇਰੇ ਤੋਂ ਉਮਰ 'ਚ 20 ਸਾਲ ਵੱਡੀ ਹੋਵੇਗੀ। ਮੈਂ ਕਥਾ ਕੀਤੀ, ਕਥਾ ਤੋਂ ਬਾਅਦ ਸਵਾਲ ਜਵਾਬ ਸੈਸ਼ਨ ਸੀ। ਇਹ ਉੜੀਸਾ ਦੀ ਗੱਲ ਹੈ, ਚਾਰ ਸੁਗੜਾ ਦੀ। ਉਹ ਜਿਹੜੀ ਭੈਣ ਹੈ, ਉਹਨੇ ਆ ਕੇ ਸਵਾਲ ਕੀਤਾ, ਕਹਿੰਦੀ ਮੈਂ ਵੀਰ ਜੀ ਤਾਂ ਨਹੀਂ ਤੁਹਾਨੂੰ ਬੇਟਾ ਕਹਿੰਦੀ ਹਾਂ, ਤੁਹਾਡੀ ਉਮਰ ਛੋਟੀ ਹੈ, ਇੱਕ ਗੱਲ ਦਾ ਜਵਾਬ ਦਿਉ ਕਿ ਤੁਸੀਂ ਹੁਣੇ ਜ਼ੋਰ ਲਾ ਲਾ ਕੇ ਕਿਹਾ ਵੀ ਸੱਸਾਂ ਦੀ ਸੇਵਾ ਕਰਿਆ ਕਰੋ ਜੀ,
ਇਹਨਾਂ ਨੂੰ ਰੱਬ ਸਮਝਿਆ ਕਰੋ, ਇਹਨਾਂ ਦੀ ਪੂਜਾ ਕਰੋ। ਕਹਿੰਦੀ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੀ ਵੀ ਜੇ ਸੱਸ ਭੈੜੀ ਹੋਵੇ ਤਾਂ ਉਹਦਾ ਕੀ ਇਲਾਜ ਕਰੀਏ। ਮੈਂ ਕਿਹਾ ਵੀ ਇਹ ਤਾਂ ਸਵਾਲ ਹੀ ਬੜਾ ਅਜੀਬ ਹੈ, ਦੱਸੋ। ਕਹਿੰਦੀ ਮੈਂ ਆਪਣੇ ਘਰ ਦੀ ਗੱਲ ਦੱਸਦੀ, ਕਹਿੰਦੇ ਮੇਰੇ ਆਨੰਦ ਕਾਰਜ ਨੂੰ 15 ਸਾਲ ਹੋ ਗਏ ਤੇ ਮੇਰੀ ਮਾਂ ਨੇ ਬੜੇ ਸੋਹਣੇ ਗੁਣ ਦਿੱਤੇ ਸਨ ਮੈਨੂੰ ਤੇ ਕਹਿੰਦੀ ਸੀ ਵੀ ਸਹੁਰੇ ਘਰ ਜਾ ਕੇ ਨਾ ਸਤਿਕਾਰ ਕਰਨੇ ਸਭ ਦਾ, ਮੈਂ ਤੇਰੀ ਮਾਂ ਜਿਵੇਂ ਮੈਨੂੰ ਮਾਂ ਸਮਝਦੀ ਹੈ ਤੂੰ ਆਪਣੀ ਸੱਸ ਨੂੰ ਵੀ ਮਾਂ ਸਮਝਦੀ। ਅਖੀਰ ਹੋਇਆ ਕੀ, ਕਹਿੰਦੇ 2 ਸਾਲ ਤਾਂ ਚਲੋ ਠੀਕ ਠਾਕ ਲੰਘੇ, 3 ਸਾਲ ਜਿਹੜੀ ਸੱਸ ਸੀ ਨਾ ਉਹਨੇ ਨਖਰੇ ਵਿਖਾਉਣੇ ਸ਼ੁਰੂ ਕਰ ਦਿੱਤੇ। ਕਹਿੰਦੇ ਮੇਰਾ ਪਤੀ ਜੌਬ ਕਰਦਾ ਸੀ, ਜੌਬ ਤੋਂ ਆਉਂਦਾ ਹੈ ਤੇ ਰੋਜ਼ ਉਹਨੇ ਖੇਖਣ ਕਰਨੀ, ਜਦੋਂ ਮੈਂ ਤਾਜ਼ੀ ਤਾਜ਼ੀ ਰੋਟੀ ਬਣਾ ਕੇ ਦੇਣੀ ਨਾ ਉਹਨੇ ਖਾਣੀ ਕੋਈ, ਤੇ ਜਦੋਂ ਮੇਰਾ ਪਤੀ ਆ ਜਾਣਾ ਉਹਨੇ 4 ਗੱਲਾਂ ਉਹਨੂੰ ਕਰਨੀਆਂ ਵੀ ਤੇਰੀ ਘਰ ਵਾਲੀ ਤਾਂ ਮੈਨੂੰ ਫੁਲਕੇ ਹੀ ਪਕਾ ਕੇ ਨਹੀਂ ਦਿੱਤੀ। ਕਹਿੰਦੀ ਸਵੇਰੇ ਸ਼ਾਮ ਦੁਪਹਿਰੇ ਇਹ ਹੁੰਦਾ ਨਾ, ਆਪ ਮੇਰੀਆਂ ਮਾਵਾਂ ਬੈਠੇ ਹੋ ਤੁਸੀਂ, ਝਾਤੀ ਮਾਰ ਕੇ ਵੇਖੋ, ਜਿਹਦੇ ਘਰ 'ਚ 9 ਸਿਆ ਭਾਵੇਂ ਚੰਗੀ ਹੋਵੇ ਅਤੇ ਸੱਸ ਦੇ ਗੁਣ ਭੈੜੇ ਹੋਣ ਨਾ, ਉਹ ਗੁਆਂਢੀਆਂ ਕੋਲ ਜਾ ਕੇ ਜਦੋਂ ਗੁਆਂਢੀਆਂ ਦੀ 9 ਦੀ ਤਾਰੀਫ ਸੁਣਦੀ ਹੈ ਫਿਰ ਆਪਣੇ ਵੱਲੋਂ ਕਹਿੰਦੀ ਹੈ ਵੀ ਸਾਡੇ ਘਰ ਵਾਲੀ ਨੇ ਤਾਂ ਤਪਾਏ ਹੀ ਪਿਆ, ਉਹਦੇ 'ਚ ਕੋਈ ਗੁਣ ਨਹੀਂ, ਉਹਨੇ ਤਾਂ ਦੁਖੀ ਕੀਤਾ ਭਾਵੇਂ ਉਹ 100 ਗੁਣਾ ਚੰਗੀ ਹੋਵੇ। ਹੁਣ ਕਮਜ਼ੋਰੀ ਆ, ਵੇਖੋ ਜਿਸ ਬੰਦੇ ਨੂੰ ਸੇਵਾ ਕਰਾਉਣ ਦੀ ਆਪ ਆਦਤ ਨਹੀਂ ਉਹਦੀ ਸੇਵਾ ਕਦੀ ਹੋ ਹੀ ਨਹੀਂ ਸਕਦੀ। ਉਹ ਔਰਤ ਨੇ, ਉਸ ਭੈਣ ਨੇ ਕਿਹਾ ਵੀ ਜਦੋਂ ਪਤੀ ਨੇ ਆ ਜਾਣਾ ਤੇ ਫਿਰ ਉਹਨੇ ਆਪ ਰਸੋਈ 'ਚ ਜਾਣਾ ਤੇ ਆਪ ਰੋਟੀ ਪਾ ਕੇ ਖਾਣੀ। ਕਹਿੰਦੇ ਇਹ ਸਿਲਸਿਲਾ 10 ਸਾਲ ਲਗਾਤਾਰ ਚੱਲਦਾ ਰਿਹਾ, ਮੇਰੀ ਰੋਜ਼ ਪਤੀ ਦੇ ਸਾਹਮਣੇ ਉਹਨੇ ਬੇਇੱਜ਼ਤੀ ਦਾ ਰੂਪ ਕਰਨਾ। ਅਖੀਰ ਮੈਂ ਅੱਕ ਗਈ ਇੱਕ ਦਿਨ, ਮੈਂ ਕਿਹਾ ਵੀ ਮੈਂ ਇਸ ਘਰ 'ਚ ਨਹੀਂ ਰਹਿ ਸਕਦਾ। ਪਤੀ ਨੇ ਪੁੱਛਿਆ ਵੀ ਕਾਰਨ ਕੀ ਹੈ, ਕਹਿੰਦੀ ਮੇਰੀ ਰੋਜ਼ ਬੇਇੱਜ਼ਤੀ ਹੁੰਦੀ ਹੈ। ਪਤੀ ਕਹਿੰਦਾ ਗਲਤੀ ਤੇਰੀ ਹੈ, ਤੂੰ ਮਾਂ ਦੀ ਸੇਵਾ ਨਹੀਂ ਕਰਦੀ। ਕਹਿੰਦੀ ਸੇਵਾ ਕਰਦੀ ਤਾਂ ਪਰ ਇਹ ਕਰਾਉਂਦੀ ਕੋਈ ਨਹੀਂ, ਕਾਰਨ ਇਹ ਮੈਨੂੰ ਤੇਰੀਆਂ ਨਜ਼ਰਾਂ 'ਚ ਡੇਗਣਾ ਚਾਹੁੰਦੀ ਹੈ ਕਿ ਅਸਲ 'ਚ ਗੁਣ ਇਹਦੇ 'ਚ ਨਹੀਂ ਵੀ ਮੇਰੇ ਗੁਣਾਂ ਨੂੰ ਵੇਖ ਸਕੇ, ਮੇਰੇ ਗੁਣਾਂ ਦਾ ਸਤਿਕਾਰ ਕਰ ਸਕੇ, ਇਹ ਹੁਣ ਆਪ ਤਾਂ ਉਹੋ ਜਿਹੀ ਹੈ ਨਹੀਂ, ਮੈਨੂੰ ਵੀ ਆਪਣੇ ਵਰਗਾ ਬਣਾਉਣਾ ਚਾਹੁੰਦੀ। ਹਾਂਜੀ, 9 ਭੈੜੀ ਹੋਵੇ ਸੇਵਾ ਨਾ ਕਰੇ ਤੇ 9 ਕਸੂਰਵਾਰ, ਜੇ 9 ਚੰਗੀ ਹੈ, ਸੱਸ ਕੁੱਟਲ ਨੀਤੀਆਂ ਕਰਦੀ ਹੈ ਤੇ ਸੱਸ ਦਾ ਕਸੂਰ ਹੈ, ਜੇ ਮਾਂ ਬਾਪ ਚੰਗੇ ਨੇ ਬੱਚੇ ਸੇਵਾ ਨਹੀਂ ਕਰਦੇ ਤੇ ਬੱਚਿਆਂ ਦਾ ਕਸੂਰ ਹੈ, ਜੇ ਬੱਚੇ ਇਮਾਨਦਾਰ ਨੇ ਤੇ ਬਾਪੂ ਸ਼ਰਾਬ ਪੀ ਕੇ ਡਿੱਗਿਆ ਹੋਵੇ ਤੇ ਰੋਜ਼ ਪੁੱਤ ਚੁੱਕ ਚੁੱਕ ਕੇ ਲਿਆਉਂਦਾ ਹੋਵੇ ਕਿੰਨਾ ਕੁ ਚਿਰ ਚੁੱਕੇਗਾ, ਅਖੀਰ ਫਿਰ ਬਾਗੀ ਹੋ ਜਾ। ਉੱਥੇ ਇੱਕ ਬੱਚੇ ਨੇ ਵੀ ਬੜਾ ਕਮਾਲ ਦਾ ਸਵਾਲ ਕੀਤਾ, ਕਹਿੰਦੇ ਤੁਸੀਂ ਕਹਿੰਦੇ ਹੋ ਬਾਪੂ ਦੀ ਹਰ ਗੱਲ ਮੰਨਣੀ ਚਾਹੀਦੀ ਹੈ। ਕਹਿੰਦਾ ਮੇਰਾ ਬਾਪੂ ਰੋਜ਼ ਮੈਨੂੰ 100 ਰੁਪਈਆ ਦਿੰਦੇ ਤੇ ਕਹਿੰਦਾ ਬੋਤਲ ਲੈ ਕੇ ਆ, ਮੈਂ ਲੈ ਕੇ ਆਇਆ ਕਰ। ਮੈਂ ਕਿਹਾ ਬਾਗੀ ਹੋ ਜਾ, ਬਿਲਕੁਲ ਮਨ ਬਿਲਕੁਲ, ਗੁਰਮਤ ਇਹੀ ਨਜ਼ਰੀਆ ਦਿੰਦੀ ਹੈ, ਸਤਿਕਾਰ ਬਹਾਲ ਰੱਖਣ ਵਾਸਤੇ ਖੁਦ ਸਤਿਕਾਰ ਕਰਨਾ ਪਏਗਾ। ਅਗਰ ਖੁਦ ਜੀਵਨ 'ਚ ਗੁਣ ਨਹੀਂ ਤੇ ਕਿਸੇ ਦੂਸਰੇ ਦੇ ਗੁਣਾਂ ਦੀ ਕਦਰ ਨਹੀਂ ਹੋ ਸਕਦੀ, ਖੁਦ ਅਸੀਂ ਚੰਗੇ ਨਹੀਂ ਤੇ ਕਿਸੇ ਦੂਸਰੇ ਨੂੰ ਚੰਗਾ ਨਹੀਂ ਬਣਾ ਸਕਦੇ, ਨਾ ਕਿਸੇ ਚੰਗੇ ਇਨਸਾਨ ਨੂੰ ਅਸੀਂ ਸਮਝਾਂਗੇ। ਇਹੀ ਕਾਰਨ ਹੈ ਖੋਟ ਸਾਡੇ ਖੁਦ 'ਚ ਹੁੰਦੀ ਹੈ ਪਰ ਅਸੀਂ ਬਲੇਮ ਕਿਸੇ ਦੂਸਰੇ ਨੂੰ ਕਰਦੇ ਹਾਂ। ਜਿੰਨਾ ਚਿਰ ਤੱਕ ਸਾਡੇ ਅੰਦਰ ਦੀ ਖੋਟ ਗੁਰਬਾਣੀ ਕੱਢਦੀ ਹੈ, ਇੱਕ ਸੱਸ ਨੂੰ ਵੀ ਕਹਿੰਦੀ ਹੈ ਵੀ ਲਾਵਾਂ ਭਾ ਤੇਰੇ ਪੁੱਤ ਦਾ ਵਿਆਹ ਹੋਣਾ, ਤੇਰੀ ਧੀ ਦਾ ਆਨੰਦ ਕਾਰਜ ਹੋਣਾ,
ਤੂੰ ਪੜ੍ਹ ਲਾਵਾਂ, ਇਹ ਤੈਨੂੰ ਵੀ ਸਿੱਖਿਆ ਦਾ ਇੱਕ ਸ਼ਬਦ। ਹੁਣ ਅਸੀਂ ਸਾਰਿਆਂ ਦੇ ਦਾਜ ਜਿਹੜਾ ਮੰਗਣੇ ਉਹਦਾ ਰੂਪ ਵੇਖੋ। ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਕੱਪੜੋ। ਕੱਪੜਾ ਇੱਜ਼ਤ ਦਾ ਪ੍ਰਤੀਕ ਹੈ। ਮਾਲਕ ਜੀ ਤੇਰੇ ਹੱਥ 'ਚ ਸਾਡੀ ਡੋਰ ਹੈ, ਤੂੰ ਹੀ ਸਾਨੂੰ ਮਾਣ ਸਤਿਕਾਰ ਬਖਸ਼ਣਾ ਹੈ, ਤੇਰੇ 'ਤੇ ਸਾਡਾ ਟੇਕ ਭਰੋਸਾ ਬਣ ਜਾਏ। ਇੱਕ ਸ਼ਬਦ ਆਪਾਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਗੁਰਬਾਣੀ 'ਚ ਜਿਹੜਾ ਕੱਪੜਾ ਸ਼ਬਦ ਹੈ ਨਾ, ਉਹ ਇੱਜ਼ਤ ਦਾ ਪ੍ਰਤੀਕ ਹੈ, ਸਤਿਕਾਰ ਦਾ ਪ੍ਰਤੀਕ ਹੈ। ਕਰਮੀ ਆਵੇ ਕੱਪੜਾ, ਬਖਸ਼ਿਸ਼ ਦੇ ਨਾਲ ਇੱਜ਼ਤ ਮਿਲਦੀ ਹੈ, ਕੱਪੜਾ ਇੱਜ਼ਤ ਦਾ ਪ੍ਰਤੀਕ ਹੈ। ਅਤੇ ਇਹ ਸੋਚ ਲਓ ਵੀ ਗੁਰਮਤਿ ਦੇ ਨਜ਼ਰੀਏ 'ਚ ਤਨ 'ਤੇ ਪਾਇਆ ਹੋਇਆ ਤਨ ਨੂੰ ਜਿਸ ਕੱਪੜੇ ਨੇ ਢੱਗੇ ਉਹ ਇੱਜ਼ਤ ਦਾ ਪ੍ਰਤੀਕ ਹੈ, ਅਤੇ ਜਦੋਂ ਸਾਡੇ ਸਿਰ ਤੋਂ ਚੁੰਨੀ ਲੈ ਜਾਂਦੀ ਹੈ ਸਾਡੇ ਤਨ ਦਾ ਸ਼ਿੰਗਾਰ ਬਦਲ ਜਾਂਦੇ, ਇਹਦਾ ਮਤਲਬ ਆਪਣੀ ਇੱਜ਼ਤ ਨਾਲ ਅਸੀਂ ਖੁਦ ਖਿਲਵਾੜ ਕਰ ਰਹੇ ਹਾਂ। ਫਿਰ ਗੀਤ ਗਾਏ ਜਾਂਦੇ ਨੇ, ਸਿਰ 'ਤੇ ਦੁਪੱਟਾ ਲੈ ਲੈ ਭੈਣੇ ਮੇਰੀਏ, ਅਣਖ ਪੰਜਾਬਣਾਂ ਦੀ ਪੱਲੂ ਸਿਰ ਦੀ। ਗੁਰਬਾਣੀ ਦਾ ਰੂਪ ਵੇਖਾਂਗੇ ਅਸੀਂ, ਆਪਣੀ ਲਾਈਫ ਨਾਲ ਉਹਨੂੰ ਐਡ ਕਰਕੇ ਵੇਖ ਲਈਏ। ਸਿਰਫ ਇੰਨੀ ਇੱਕ ਕਹਾਣੀ ਹੈ ਵੀ ਗੁਰੂ ਸਾਹਿਬ ਕਹਿੰਦੇ ਨੇ ਕੱਪੜਾ ਇੱਜ਼ਤ ਦਾ ਪ੍ਰਤੀਕ ਹੈ, ਅਸੀਂ ਤਨ ਨੂੰ ਨੰਗੇਜ ਪੇਸ਼ ਕਰ ਰਹੇ ਹਾਂ, ਇਹਦਾ ਮਤਲਬ ਆਪਣੀ ਇੱਜ਼ਤ ਖੁਦ ਗਵਾਈ ਜਾ ਰਹੀ ਹੈ, ਆਪਣਾ ਸਤਿਕਾਰ ਖੁਦ ਦੂਰ ਕੀਤਾ ਜਾ ਰਿਹਾ। ਗੁਰੂ ਸਾਹਿਬ ਨੇ ਸੱਭਿਅਕ ਸਮਾਜ ਦੀ ਸਿਰਜਣਾ ਕੀਤੀ ਹੈ, ਅਤੇ ਉਸ ਸੱਭਿਅਕ ਸਮਾਜ ਦਾ ਹਿੱਸਾ ਬਣਨ ਵਾਸਤੇ ਸਾਡੀਆਂ ਜਿਹੜੀਆਂ ਆਹ ਰੀਤੀਆਂ ਨੇ ਨਾ, ਉਹ ਰੀਤੀਆਂ ਸਭ ਤੋਂ ਮਾਇਨੇ ਰੱਖਦੀਆਂ ਨੇ। ਤਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਹਰ ਕੱਪੜੋ ਹਰ ਸ਼ੋਭਾ ਦੇਵੋ। ਮਾਲਕ ਜੀ ਤੇਰੇ ਨਾਲ ਜੁੜੇ ਰਹੀਏ, ਤੇਰੇ ਨਾਲ ਸਾਂਝ ਬਣੀ ਰਵੇ। ਹਰ ਕੱਪੜੋ ਹਰ ਸ਼ੋਭਾ ਦੇਵੋ ਜਿਤ ਸਵਰੈ ਮੇਰਾ ਕਾਜੋ। ਜਿਸ ਮਾਣ ਵਡਿਆਈ ਤੇ ਸਤਿਕਾਰ ਨਾਲ ਮੇਰੀ ਜ਼ਿੰਦਗੀ ਦੀ ਰੀਤ ਸੋਹਣੀ ਬਣੀ ਰਹੀ ਹੈ, ਤੇ ਸਤਿਗੁਰੂ ਦੇ ਘਰੋਂ ਇਹ ਦਾਜ ਬਹੁਤ ਵਿਰਲੇ ਮੰਗਦੇ ਨੇ, ਅਤੇ ਜਿਨ੍ਹਾਂ ਨੇ ਮੰਗਿਆ ਫਿਰ ਉਹਨਾਂ ਦਾ ਆਨੰਦ ਕਾਰਜ ਵੀ ਬੜਾ ਸੋਹਣਾ ਅਤੇ ਸਫਲ ਹੈ। ਫਿਰ ਉਹਨਾਂ ਦੇ ਵਿਹੜੇ 'ਚੋਂ ਤਲਾਕ ਸ਼ਬਦ, ਝਗੜਾ ਸ਼ਬਦ, ਕਲੇਸ਼ ਸ਼ਬਦ ਚਲਾ ਜਾਂਦੇ। ਇੱਕ ਤਜਰਬਾ ਕਰਕੇ ਵੇਖ ਲਿਓ, ਮੈਂ ਇੱਕ ਗੱਲ ਸਟੇਜ ਤੋਂ ਕਹਿਣ ਲੱਗਾ, ਤੁਸੀਂ ਬਹੁਤ ਅਮੀਰ ਹੋ, ਤੁਹਾਡੇ ਘਰ 'ਚ ਬਹੁਤ ਕੁਝ ਹੈ, ਤੁਹਾਡਾ ਪੁੱਤ ਜਵਾਨ ਹੋਇਆ, ਕਿਸੇ ਧੀ ਨਾਲ ਰਿਸ਼ਤਾ ਕਰਨਾ ਹੈ, ਉਹਦਾ ਪਰਿਵਾਰ ਬਹਿ ਗਏ, ਇਕੱਠੇ ਹੋ ਗਏ, ਪਰਿਵਾਰ ਗਿਆ ਅਗਲੇ ਦੇ ਘਰ, ਪੁੱਤਰ ਵਾਲਾ ਧੀ ਵਾਲੇ ਦੇ ਘਰ, ਪੁੱਤਰ ਦਾ ਮਾਂ ਬਾਪ ਖੜਾ ਹੋ ਕੇ ਧੀ ਦੇ ਸਿਰ 'ਤੇ ਹੱਥ ਰੱਖ ਕੇ ਕਵੇ, ਬੇਟਾ ਆ ਤੇਰਾ ਪਰਿਵਾਰ ਵੀ ਬੈਠਾ ਹੈ, ਤੁਸੀਂ ਵੀ ਬੈਠੇ ਹੋ, ਸਾਰੇ ਰਿਸ਼ਤੇਦਾਰ ਬੈਠੇ ਨੇ, ਅਸੀਂ ਤੇਰੇ ਹੱਥ ਸਿਰ 'ਤੇ ਹੱਥ ਰੱਖ ਕੇ ਕਹਿੰਦੇ, ਅੱਜ ਤੋਂ ਤੂੰ ਸਾਡੀ ਬੱਚੀਏ, ਅਸੀਂ ਤੇਰੇ ਪਰਿਵਾਰ ਕੋਲ ਇੱਕ ਦਵਾਨੀ ਲੈ ਲੈਣੀ, ਬਸ ਧੀਏ ਗੁਣਾਂ ਦੇ ਨਾਲ ਭਰ ਕੇ ਆਈ ਅਤੇ ਸਾਡਾ ਘਰ ਵਿਹੜਾ ਸ਼ਿੰਗਾਰ। ਕੀ ਇਹ ਆਨੰਦ ਕਾਰਜ ਦਾ ਰੂਪ ਤਬਦੀਲ ਨਹੀਂ ਹੋਏ? ਸਾਡੀ ਤਾਂ ਗੱਲ ਵਿਚੋਲੇ ਤਾਂ ਕੱਪੜਦੀ ਹੈ, ਅਤੇ ਪਹਿਲਾਂ ਵੇਖਦੇ ਹਾਂ ਵੀ ਬੱਚੇ ਦਾ ਬਿਜ਼ਨਸ ਕੀ ਹੈ, ਧੀ ਦਾ ਬਿਜ਼ਨਸ ਕੀ ਹੈ, ਉਹਦੀ ਐਜੂਕੇਸ਼ਨ ਕੀ ਹੈ, ਉਹਦੀ ਐਜੂਕੇਸ਼ਨ ਕੀ ਹੈ, ਲਾਈਫ ਸਟਾਈਲ ਵੱਲ ਕਦੀ ਝਾਤੀ ਨਹੀਂ ਮਾਰੀ ਜਾਂਦੀ। ਹੁਣ ਆਹ ਜਿਹੜੀ ਦਾਜ ਦਾ ਜ਼ਿਕਰ ਹੈ ਨਾ, ਇਹ ਵਿਆਹ ਤੋਂ ਪਹਿਲਾਂ ਦੀ ਗੱਲ, ਬਾਅਦ ਦੀ ਨਹੀਂ। ਅਤੇ ਜੇ ਸਾਡੀ ਲਾਈਫ 'ਚ ਅਸੀਂ ਰੱਬ ਜੀ ਦੇ ਨਾਲ, ਪਰਮਾਤਮਾ ਜੀ ਦੇ ਨਾਲ ਵਿਆਹ ਕਰਨਾ, ਕਿੰਨੀਆਂ ਧੀਆਂ ਨੇ ਜਿਹੜੀਆਂ ਦਾਜ ਦੇ ਟੇਟੇ ਚੜ੍ਹ ਚੁੱਕੀਆਂ ਨੇ, ਅਤੇ ਕਿੰਨੀਆਂ ਚੜ੍ਹਨ ਵਾਸਤੇ ਤਿਆਰ ਨੇ।
ਕਿੰਨੀਆਂ ਨੂੰ ਤੇਲ ਪਾ ਕੇ ਸਾੜ ਦਿੱਤਾ ਗਿਆ? ਕਾਰਨ ਕਿ ਹਰ ਇੱਕ ਮੈਂ ਇੱਕ ਬੰਦੇ ਨੂੰ ਉਹ ਧੀ ਜਿਹੜੀ ਦਾਜ ਦੀ ਲਾਂਤ ਵਿੱਚ ਸੜ ਕੇ ਸਵਾਹ ਹੋਈ, ਉਹਦਾ ਕਾਤਲ ਇੱਕ ਮਨੁੱਖ ਨਹੀਂ ਸਾਰਾ ਸਮਾਜ ਹੈ, ਸਾਰਾ ਜਹਾਨ ਉਸਦਾ ਕਾਤਲ ਹੈ ਜਿਹਨੇ ਇਸ ਰੂਪ ਰੇਖਾ ਨੂੰ ਜਨਮ ਦਿੱਤਾ। ਇੱਕ ਬਾਪ ਜੀ ਦੀਆਂ ਚਾਰ ਧੀਆਂ ਨੇ, ਅਗਲੇ ਨੇ ਆਨੰਦ ਕਾਰਜ ਕਰਨੇ, ਮੁੰਡੇ ਵਾਲੇ ਮੂੰਹ ਅੱਡ ਕੇ ਬੈਠੇ ਨੇ। ਸੱਚ ਹੈ ਉਹ ਫਿਰ ਖੁਦਕੁਸ਼ੀ ਦਾ ਰਾਹ ਅਪਣਾਉਂਦੇ। ਮੈਂ ਸਮਝਦਾ ਉਹ ਇਕੱਲਾ ਪਰਿਵਾਰ ਕਾਤਲ ਨਹੀਂ, ਉਹ ਸਾਰਾ ਸਮਾਜ ਕਾਤਲ ਹੈ ਜਿਹੜਾ ਇਸ ਦਾਜ ਵਰਗੀ ਭੈੜੀ ਲਾਂਤ ਨੂੰ ਅਸੈਪਟ ਕਰਕੇ ਬੈਠਾ। ਗੁਨਾਹਗਾਰ ਅਸੀਂ ਬਰਾਬਰ ਦੇ, ਕਿਉਂਕਿ ਗੁਆਂਢੀ ਦੇ ਵਿਹੜੇ 'ਚ ਜਿਹੜੀ ਗਲਤ ਚੀਜ਼ ਹੁੰਦੀ ਹੈ ਉਹਨੂੰ ਉੱਥੇ ਅਸੀਂ ਗਲਤ ਕਹਾਂਗੇ, ਸਾਡੇ ਵਿਹੜੇ 'ਚ ਜੋ ਅਸੀਂ ਕਰ ਰਹੇ ਉਹਨੂੰ ਅਸੀਂ ਗਲਤ ਨਹੀਂ ਸਮਝਦੇ। ਸਤਿਗੁਰੂ ਨੇ ਇਸ ਰੂਪ ਨੂੰ ਸਾਡੇ ਸਾਹਮਣੇ ਰੱਖਿਆ। ਮੈਂ ਸਮਝਦਾ ਸਾਡੇ ਵਿਹੜੇ ਦੇ ਸ਼ਿੰਗਾਰ ਇਹ ਚੀਜ਼ਾਂ ਜਿੱਦਣ ਬਣ ਗਈਆਂ ਫਿਰ ਲੋਕ ਸਿੱਖ ਦਾ ਆਨੰਦ ਕਾਰਜ ਵੇਖਣ ਆਇਆ ਕਰਨਗੇ। ਮੈਂ ਕਿਸੇ ਨੂੰ, ਤੁਸੀਂ ਜੋ ਮਰਜ਼ੀ ਕਰਦੇ ਹੋ ਜਿੱਦਾਂ ਮਰਜ਼ੀ ਭੈੜਾ ਨਹੀਂ ਕਹਿ ਰਿਹਾ, ਪਰ ਅਸੀਂ ਜਿਸ ਚੀਜ਼ ਤੋਂ ਟੁੱਟ ਗਏ ਹਾਂ, ਜਿਹੜੀ ਸਾਡੀ ਅਸਲੀਅਤ ਸਾਡੇ ਵਿਹੜੇ 'ਚੋਂ ਦੂਰ ਚਲੀ ਗਈ ਹੈ, ਉਹਨੂੰ ਵਾਪਸ ਲਿਆਉਣਾ ਅਤੇ ਲਿਆਉਣ ਵਾਸਤੇ ਕੋਈ ਵੱਡੀ ਬਿਲਡਿੰਗ ਬਣਾਉਣ ਦੀ ਲੋੜ ਨਹੀਂ ਹੈ। ਬਸ ਥੋਟ ਚੇਂਜ ਕਰ ਦੇਣੀ, ਸੋਚ ਨੂੰ ਬਦਲਣਾ, ਸਮਝ ਦੀ ਤਬਦੀਲੀ ਚਾਹੀਦੀ ਹੈ। ਜਿਸ ਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਮੇਰੀ ਘਰ ਵਾਲੀ ਦਾ ਨਾਮ ਅਕਸਰ 'ਚ ਦੁਨੀਆਂ ਨੇ ਧਨ ਰੱਖਿਆ ਹੈ, ਪਰ ਸੱਚ ਹੈ ਮੈਂ ਤਾਂ ਗੁਣਾਂ ਨੂੰ ਆਪਣੀ ਘਰ ਵਾਲੀ ਬਣਾਇਆ। ਜੀਵ ਰੂਪੀ ਇਸਤਰੀ ਦੇ ਰੂਪ 'ਚ ਬਾਬਾ ਕਬੀਰ ਬੋਲਦੇ ਨੇ, ਕਹਿੰਦੇ ਨੇ ਲੋਕ ਮੈਨੂੰ ਰਿਸ਼ਤਿਆਂ ਦੇ ਰੂਪ 'ਚ ਧਨ ਨਾਲ ਜੁੜਿਆ ਵੇਖਦੇ ਨੇ, ਮੈਂ ਧਨ ਨਹੀਂ, ਮੈਂ ਆਪਣੇ ਜੀਵਨ 'ਚ ਗੁਣਾਂ ਦੇ ਨਾਲ ਸਾਂਝ ਪਾਈ, ਮੈਨੂੰ ਗੁਣ ਚਾਹੀਦੇ। ਜੇ ਗੁਣ ਪੱਲੇ ਨੇ ਤਾਂ ਗਰੀਬੀ ਵੀ ਸਵਰਗ ਹੈ, ਜੇ ਜੀਵਨ 'ਚ ਕਲੇਸ਼ ਹੈ ਤਾਂ ਅਮੀਰੀ ਵੀ ਨਰਕ ਹੈ। ਧਨ ਮੈਟਰ ਨਹੀਂ ਕਰਦਾ ਲਾਈਫ 'ਚ। ਅਤੇ ਜਿਹਨਾਂ ਪਰਿਵਾਰਾਂ ਨੂੰ ਮੈਂ ਪ੍ਰੈਕਟੀਕਲ ਉਹ ਪਰਿਵਾਰ ਵੇਖੇ ਜਿੱਥੇ ਇੱਕ ਕਿੱਲਾ ਪੈਲੀ ਹੈ, ਬੱਚੇ ਦਾ ਆਨੰਦ ਕਾਰਜ ਹੋ ਗਿਆ, ਗਰੀਬ ਬੱਚਾ ਅਤੇ ਗਰੀਬ ਬੱਚੀ ਦੋਨੋਂ ਵਿਆਹੇ ਗਏ, ਰਿਸ਼ਤਾ ਕਦੀ ਟੁੱਟਦਾ ਨਜ਼ਰ ਨਹੀਂ ਹੋਇਆ, ਤਲਾਕ ਦੀ ਨੌਬਤ ਬਹੁਤੀ ਅਮੀਰ ਘਰਾਣਿਆਂ 'ਚ ਆਉਂਦੀ ਹੈ, ਬਹੁਤੀ 90% ਕਹਿੰਦਾ 10% ਉੱਧਰ ਦਾ ਰੇਸ਼ੋ ਹੋਏਗਾ, ਪਰ 90% ਸੰਬੰਧਾਂ ਦਾ ਟੁੱਟਣਾ ਅਮੀਰੀ 'ਚ ਹੈ, ਗਰੀਬੀ 'ਚ ਨਹੀਂ। ਗਰੀਬੀ 'ਚ ਐਡਜਸਟਮੈਂਟ ਹੈ, ਗਰੀਬੀ 'ਚ ਇਤਪਾਕ ਵੀ ਹੈ, ਪਤਾ ਹੈ ਵੀ ਮੇਰੇ ਮਾਪੇ ਵੀ ਗਰੀਬ ਨੇ, ਇਹਦੇ ਵੀ ਗਰੀਬ ਨੇ, ਮੇਰੇ ਕੋਲ ਵੀ ਕੁਝ ਨਹੀਂ, ਇਹਦੇ ਕੋਲ ਵੀ ਕੁਝ ਨਹੀਂ, ਸਵੇਰੇ ਮਿਹਨਤ ਕਰਕੇ ਕਮਾ ਕੇ ਲਿਆਉਂਦਾ ਮੈਂ ਖਾ ਲੈਂਦੀ, ਬੱਚੇ ਖਾ ਲੈਂਦੇ, ਉਹ ਸਾਰੀ ਜ਼ਿੰਦਗੀ ਗਰੀਬੀ 'ਚ ਕੱਢ ਦਿੰਦੀ ਹੈ। ਵਿਸ਼ਵਾਸ ਨਹੀਂ ਡਗਮਗਾਉਂਦਾ ਅਤੇ ਨਾ ਡੋਲਦਾ, ਕਾਰਨ ਕੀ ਹੈ? ਜ਼ਿੰਦਗੀ 'ਚ ਸਦਾਚਾਰਕ ਅਤੇ ਧੀਰਜ ਵਾਲੇ ਗੁਣ ਟਿਕ ਚੁੱਕੇ ਨੇ। ਸਮਝੌਤਾ ਵੀ ਕੀਤਾ, ਜਿੰਨਾ ਚਿਰ ਤੱਕ ਲਾਈਫ 'ਚ ਸਮਝੌਤਾ ਨਹੀਂ, ਇਹ ਕੁਝ ਗੱਲਾਂ ਨੇ ਸਾਡੀ ਜ਼ਿੰਦਗੀ ਦੀਆਂ। ਅਸੀਂ ਅਰਦਾਸ ਕਰਕੇ ਮੰਗ ਕਰਨੀ ਹੈ, ਸਤਿਗੁਰੂ ਸਾਡਾ ਪੁੱਤ ਗੁਣਾਂ ਦੀ ਜੰਝ ਲੈ ਕੇ ਤੁਰੇ, ਉਹਦੇ 'ਚ ਬਰਾਤੀ ਸ਼ਰਾਬੀ ਨਹੀਂ ਹੋਣੀ ਚਾਹੀਦੀ, ਇਹ ਗੁਣਾਂ ਦੀ ਜੰਝ ਲੈ ਕੇ ਤੁਰੇ। ਸਾਡੀ ਧੀ ਨੂੰ ਜਦੋਂ ਸੁਹਾਗ ਦੀਆਂ ਗੱਲਾਂ ਸੁਣਾਈਆਂ ਜਾਣ ਤਾਂ ਉਹਦੇ ਜੀਵਨ ਦੀ ਤਾਰੀਫ ਹੋ, ਇੱਕ ਪਾਸੇ ਗੁਣਾਂ ਦੀ ਜੰਝ, ਦੂਸਰੇ ਪਾਸੇ ਕਿਰਦਾਰ ਦੀ ਤਾਰੀਫ। ਜਦੋਂ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆ ਕੇ ਬਹਿੰਦੇ ਨੇ ਨਾ, ਫਿਰ ਹੈਰਾਨੀ ਹੁੰਦੀ ਹੈ, ਲੋਕ ਕਹਿੰਦੇ ਨੇ ਆਹ ਆਨੰਦ ਕਾਰਜ ਹੋ ਰਿਹਾ, ਆਹ ਵਿਆਹ, ਕਿਉਂਕਿ ਬਾਣੀ ਦੇ ਨਾਲ ਰੂਹ ਜੁੜੀ ਹੈ। ਸਤਿਗੁਰੂ ਨੇ ਕੀ ਕਿਹਾ? ਹਰ ਪਹਿਲੜੀ ਲਾਭ ਸ਼ੁਰੂਆਤ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ, ਮੇਰੇ ਜੀਵਨ 'ਚ ਬਲਰਾਮ, ਮੈਂ ਆਪਣੇ ਰਾਮ ਤੋਂ ਰਮੇ ਹੋਏ ਪਰਮਾਤਮਾ ਤੋਂ ਕੁਰਬਾਨ ਹਾਂ।
ਜਿਸ ਮਾਲਕ ਨੇ ਮੇਰੇ 'ਤੇ ਤਰਸ ਕਰਕੇ ਮੇਰੇ 'ਤੇ ਬਖਸ਼ਿਸ਼ ਕਰਕੇ ਮੈਨੂੰ ਉਹਨਾਂ ਗੁਣਾਂ ਦੇ ਨਾਲ ਨਿਵਾਜ ਦਿੱਤਾ ਹੈ ਜਿਹੜੇ ਗੁਣ ਹੁਣ ਮੇਰੇ ਜੀਵਨ ਦਾ ਸ਼ਿੰਗਾਰ ਬਣ ਗਏ ਨੇ ਅਤੇ ਮੇਰਾ ਮਨ ਪਰਮਾਤਮਾ ਦੇ ਨਾਮ ਰੂਪੀ ਕੰਮ ਵਿੱਚ ਰੁੱਝ ਚੁੱਕਾ ਹੈ। ਹੁਣ ਮੈਨੂੰ ਹੋਰ ਕੁਝ ਨਜ਼ਰ ਨਹੀਂ ਆਉਂਦਾ। ਜਿਹੜੀ ਮਾਂ ਸੁਖਮਣੀ ਪੜ੍ਹ ਕੇ ਅਰਥ ਕਰਦੀ ਹੋਵੇ ਨਾ, ਉਹਦੇ ਘਰ ਦੇ ਵਿਹੜੇ 'ਚ ਬੈਠੀ ਹੋਈ ਧੀ ਨੂੰ ਅਗਰ ਦਾਜ ਵਾਸਤੇ ਤੰਗ ਕੀਤਾ ਜਾਂਦਾ ਹੋਵੇ, ਇਹਦਾ ਅਰਥ ਹੈ ਸੁਖਮਣੀ ਪੜ੍ਹੀ ਨਹੀਂ ਗਈ। ਬਾਣੀ ਤਾਂ ਬੜੇ ਗਹਿਰੇ ਅਰਥ ਕਰਦਾ ਅਤੇ ਜਿਸ ਰੂਪ ਨੂੰ ਅਸੀਂ ਤੱਕਣਾ ਹੈ, ਹੁਣ ਅਸੀਂ ਪ੍ਰਵਿਰਤੀ ਕਰਮ ਲੈ ਕੇ ਤੁਰਨਾ, ਅਸੀਂ ਦ੍ਰਿੜ ਕਰਨਾ ਹੈ ਗੁਰੂ ਦੀ ਵਿਚਾਰ ਨੂੰ, ਗੁਰੂ ਦੀ ਥੋਟ ਨੂੰ। ਪਹਿਲੀ ਲਾਮ ਦੀ ਸ਼ੁਰੂਆਤ ਹੋ ਰਹੀ ਹੈ ਭਾਈ, ਪਹਿਲਾ ਫੇਰ ਹੈ। ਤੂੰ ਆਪਣੇ ਜੀਵਨ 'ਚ ਮਾਲਕ ਜੀ ਦੇ, ਰੱਬ ਜੀ ਦੇ ਨਾਮ ਨੂੰ ਦ੍ਰਿੜ ਕਰਨਾ, ਪਰਮਾਤਮਾ ਜੀ ਦੀ ਰਜ਼ਾ ਨੂੰ ਜੀਵਨ 'ਚ ਅਸੈਪਟ ਕਰਨਾ। ਹੁਣ ਝਾਤੀ ਮਾਰ ਕੇ ਵੇਖੋ ਅਸੀਂ ਕਿੰਨੇ ਨਾ, ਮੇਰਾ ਖੁਦ ਆਨੰਦ ਕਾਰਜ ਹੋਇਆ, ਤੁਹਾਡੇ ਸਭ ਦੇ ਹੋਏ, ਕਿੰਨਿਆਂ ਕੁ ਨੇ ਲਾਵਾਂ ਪੜੀਆਂ, ਕਮਜ਼ੋਰ ਤਾਂ ਅਸੀਂ ਸਾਰੇ ਬੈਠੇ। ਕਿੰਨੀ ਕੁ ਵਾਰ ਸਾਡੇ ਘਰ ਦੇ ਵਿਹੜੇ 'ਚ ਲਾਵਾਂ ਦੀ ਗੱਲ ਹੋਈ ਨਹੀਂ। ਅੰਗੂਠੀ ਕਿੰਨੇ ਦੀ ਬਣਨੀ ਚਾਹੀਦੀ ਹੈ, ਹੀਰ ਹਾਰ ਦਾ ਸੈੱਟ ਕਿਹੜਾ ਚਾਹੀਦਾ, ਧਨ ਕਿੰਨਾ ਕੁ ਹੋਵੇ, ਪੈਲਸ 'ਚ ਬੁਕਿੰਗ ਕਿੰਨੀ ਚਾਹੀਦੀ ਹੈ, ਬਹੁਤ ਕੁਝ ਗੱਲਾਂ ਨੇ। ਪਲੈਨਿੰਗ ਹੋ ਰਹੀ ਹੈ 2 ਸਾਲ ਤੋਂ ਪੁੱਤ ਦਾ ਵਿਆਹ ਕਰਨਾ, ਪਰ ਆਨੰਦ ਕਾਰਜ ਗੁਰਦੁਆਰਾ ਸਾਹਿਬ ਵਾਲਿਆਂ ਨੂੰ ਟਾਈਮ ਦੇ ਦਿਓ ਵੀ 20 ਮਿੰਟ 'ਚ ਕੰਮ ਨਿਬੇੜ ਦੇ। ਇਹੀ ਕੁਝ ਹੁੰਦਾ ਨਾ, ਮੈਂ 1400 ਆਨੰਦ ਕਾਰਜ ਕਰਾਏ, ਮੈਂ ਇੱਕ ਇੱਕ ਲਿਖ ਕੇ ਰੱਖਦਾ ਆਪਣੀ ਲਾਈਫ 'ਚ। ਕੋਈ ਵਿਰਲਾ ਪਰਿਵਾਰ ਜਿਹੜਾ ਕਹਿੰਦੇ ਗੁਰਮਤਿ ਸਮਾਗਮ ਕਰੋ, ਨਹੀਂ ਤਾਂ ਚੁਟਕੀਆਂ ਵਾਲੇ ਸਾਰੇ ਹੁੰਦੇ, ਕਹਿੰਦੇ ਨੇ ਭੇਟਾ ਐਡਵਾਂਸ ਲਓ, ਟਾਈਮ ਨਹੀਂ ਵੱਧ ਲੱਗਣਾ ਚਾਹੀਦਾ। ਵੇਟ ਕਰ ਰਹੇ ਨੇ ਸਾਡੇ ਡੀਜੇ ਵਾਲੇ, ਆਰਕੈਸਟਰਾ ਦੀਆਂ ਕੁੜੀਆਂ ਸਾਡਾ ਵੇਟ ਕਰ ਰਹੀਆਂ, ਅਸੀਂ ਉੱਥੇ ਜਸ਼ਨ ਮਨਾਉਣੇ ਜਾ ਰਹੇ। ਫਿਰ ਮੇਰੇ ਖਿਆਲ ਨਾਲ ਮੈਂ ਸਿੱਧੇ ਜੇ ਸ਼ਬਦਾਂ 'ਚ ਕਿਸੇ ਨੂੰ ਗੱਲ ਬੁਰੀ ਲੱਗੇ, ਚੰਗੀ ਲੱਗੇ, ਬੇਪਰਵਾਹੀ 'ਚ ਬੋਲੀ ਦੇ, ਗੁਰੂ ਗ੍ਰੰਥ ਸਾਹਿਬ ਨਾਲ ਨੇ ਕਿਸੇ ਦਾ ਕੋਈ ਪਰਵਾਹ ਨਹੀਂ, ਸਤਿਗੁਰੂ ਦੇ ਨਾਲ ਅਸੀਂ ਮਖੌਲ ਕਰਦੇ ਹਾਂ, ਮਜ਼ਾਕ। ਇਹਦੋਂ ਚੰਗਾ ਫਿਰ ਅਸੀਂ ਕੋਰਟ ਮੈਰਿਜ ਕਰਾ ਲਿਆ ਕਰੀਏ, ਕੋਈ ਫਰਕ ਨਹੀਂ। ਪੈਲਸ 'ਚੋਂ ਆਏ ਨੱਚਦੇ ਟੱਪਦੇ ਸ਼ਰਾਬਾਂ 'ਚ, ਇੱਥੇ ਬੈਠੇ ਨੇ ਕੀਰਤਨ ਕਰਨ ਵਾਲੇ ਜਾਂ ਹੋਰ ਬਾਣੀ ਜਿੰਨੇ ਵੀ ਪੜ੍ਹਨੇ ਹੈ, ਉਹਨਾਂ 20 ਮਿੰਟ 'ਚ ਕੰਮ ਨਿਬੇੜਿਆ, ਫਿਰ ਉੱਥੇ ਜਾ ਕੇ ਉੱਥੇ ਪੈਸੇ ਵਾਰੇ ਜਾ ਰਹੇ ਨੇ। ਅਤੇ ਮੈਂ ਦਾਅਵੇ ਨਾਲ ਕਹਿੰਦਾ ਫਿਰ ਸਾਡੇ ਜੀਵਨ ਦਾ ਦੁਖੀ ਹੋਣ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ, ਕਿਉਂਕਿ ਜਿਹਨੇ ਸੁੱਖ ਦੇਣੇ ਉਹਦੇ ਨਾਲ ਤਾਂ ਅਸੀਂ ਪੜ੍ਹਿਆ ਬਹੁਤ ਹੈ। ਭਾਈ ਸਾਹਿਬ ਕਿੰਨੀ ਵਾਰ ਸ਼ਬਦ ਗਾਇਨ ਕਰਦੇ ਨੇ, ਸਰਬ ਸੁੱਖਾਂ ਕਾ ਦਾਤਾ ਹੁਕਮਨਾਮੇ 'ਚ ਸ਼ਬਦ ਆਉਂਦਾ ਹੈ, ਤਾਂ ਕਿ ਸ਼ਰਨੀ ਪਾਈ ਹੈ। ਹੁਣ ਸੁੱਖਾਂ ਦਾ ਦਾਤਾ ਉਹਦੀ ਸ਼ਰਨ ਵਿੱਚ ਤਾਂ ਨਹੀਂ, ਸ਼ਰਨ ਤਾਂ ਬੰਦਾ ਵਿਆਹ ਵੇਲੇ ਡੀਜੇ ਦੀ ਜੇ, ਆਰਕੈਸਟਰਾਂ ਦੀਆਂ ਕੁੜੀਆਂ ਦੀ ਜੇ, ਉੱਥੇ ਹੋਰ ਬਹੁਤ ਸਾਰੇ ਜਸ਼ਨਾਂ 'ਚ। ਹੁਣ ਸੁੱਖ ਚਾਹੁੰਦੇ ਹਾਂ ਅਤੇ ਫਿਰ ਪਰਿਵਾਰ ਹਾੜੇ ਕੱਢਦਾ ਜੀ, ਨੌ ਆਖੇ ਨਹੀਂ ਲੱਗਦੀ, ਪੁੱਤ ਆਖੇ ਨਹੀਂ ਲੱਗਦਾ, ਘਰ 'ਚ ਕਲੇਸ਼ ਹੈ। ਸੱਚ ਹੈ ਜਿਸ ਜੀਵਨ ਦਾ ਸ਼ੁਰੂਆਤ ਹੋਣਾ ਹੀ ਕਲੇਸ਼ ਦੀ ਜੜ ਹੋਵੇ, ਉਹਨੂੰ ਕਦੀ ਮਿਟਾਇਆ ਨਹੀਂ ਜਾ ਸਕਦਾ। ਫਿਰ ਬਾਬਾ ਫਰੀਦ ਸਾਹਿਬ ਨੇ ਸਪਸ਼ਟ ਕਹਿ ਦਿੱਤਾ, ਕੰਡੇ ਵੇਚਣ ਵਾਲਿਆਂ ਨੂੰ ਕਦੀ ਅੰਗੂਰ ਨਹੀਂ ਪ੍ਰਾਪਤ ਹੁੰਦੇ। ਇਹ ਸਾਨੂੰ ਸਮਝਣਾ ਪਏ। ਹੁਣ ਲਾਵਾਂ ਦੀ ਵਿਆਖਿਆ ਕੱਲ੍ਹ ਦੇ ਦੀਵਾਨ 'ਚ ਆਪ ਜੀ ਦੇ ਨਾਲ ਕਰਾਂਗੇ, ਪਰ ਇਹ ਨੁਕਤੇ ਥੋੜ੍ਹੇ ਜਿਹੇ ਆਪਣੇ ਵਿਹੜੇ 'ਚ ਬਹਿ ਕੇ, ਮੈਂ ਨਹੀਂ ਕਹਿੰਦਾ ਮੇਰੀਆਂ ਗੱਲਾਂ ਸੁਣੋ, ਬਾਣੀ ਖੁਦ ਪੜ੍ਹੋ ਅਤੇ ਵਿਚਾਰ ਕਰ ਲਿਓ ਵੀ ਜਿਸ ਗੁਰੂ ਨੂੰ ਮੱਥਾ ਟੇਕਦੇ ਹਾਂ ਉਹ ਸਾਡੇ ਜੀਵਨ ਦਾ ਰੂਪ ਕੀ ਬਣਾਉਣਾ ਚਾਹੁੰਦਾ, ਸਾਡਾ ਲਾਈਫ ਸਟਾਈਲ ਕੀ ਹੈ। ਕਿਸੇ ਪ੍ਰਚਾਰਕ 'ਤੇ ਬਹੁਤੇ ਸਮਾਜ ਦੇ ਲੋਕ ਕਹਿੰਦੇ ਨੇ ਪ੍ਰਚਾਰਕ ਸਾਨੂੰ ਇਹ ਕਿਉਂ ਕਹਿ ਰਹੇ ਨੇ, ਪ੍ਰਚਾਰਕ ਨਹੀਂ ਕਹਿ ਰਿਹਾ, ਉਹ ਜਦੋਂ ਬਾਣੀ ਪੜ੍ਹਦੇ ਉਹਨੂੰ ਗੁਰੂ ਥਾਪੜਾ ਦਿੰਦਾ ਵੀ ਤੂੰ ਆਪਣੀ ਗੱਲ ਬੋਲ ਬਸ।
ਜੇ ਤਾਂ ਉਹਦਾ ਜ਼ਮੀਰ ਖੁਦ ਦਾ ਜਾਗਦਾ ਹੋਏਗਾ ਤਾਂ ਉਹ ਗੱਲ ਕਹਿ ਦਿੰਦਾ, ਜੇ ਉਹ ਦੋਗਲਾ ਬਣ ਜਾਏ ਤਾਂ ਸੱਚ ਹੈ, ਫਿਰ ਉਹ ਗੱਲ ਰੁਕਾ ਜਾਂਦਾ। ਅਤੇ ਮੇਰਾ ਗੁਰੂ ਕਹਿੰਦਾ, ਜਿਨ ਗੁਰੂ ਗੋਪਿਆ ਆਪਣਾ ਤੇ ਨਰ ਬੁਰਿਆਰੀ, ਜਿਨ੍ਹਾਂ ਨੇ ਗੁਰੂ ਦੀ ਗੱਲ ਲੁਕਾਈ ਹੈ ਉਹ ਬੁਰੇ ਨੇ। ਉਹਨਾਂ ਵਾਸਤੇ ਕੀ ਸ਼ਬਦ ਕਿਹਾ ਜਾ ਸਕਦਾ ਹੈ? ਹਰ ਜੀਓ ਤਿਨਕਾ ਦਰਸ਼ਨ ਨਾ ਕਰੋ, ਪਾਪਿਸ਼ਟ ਹਥਿਆਰੀ ਉਹ ਕਰ ਫਿਰੇ ਕਸੁੱਧ ਨਾਲ ਜਿਉ ਧਰਗਟ ਨਾਰੀ। ਜਿਨ੍ਹਾਂ ਗੁਰੂ ਦੀ ਵਿਚਾਰ ਤੇ ਪਰਦਾ ਪਾ ਕੇ ਆਪਣੀ ਗੱਲ ਰੱਖ ਦਿੱਤੀ, ਸਤਿਗੁਰੂ ਕਹਿੰਦੇ ਨੇ ਉਹ ਵੇਸ਼ਵਾ ਤੋਂ ਭੈੜੇ ਨੇ। ਇਹ ਤਖਲਸ ਉਹਨਾਂ ਵਾਸਤੇ, ਇਸ ਕਰਕੇ ਯਤਨ ਕਰੀਏ। ਇਹ ਹਲੂਣੇ, ਇਹ ਜੋ ਬਾਣੀ ਦੇ ਰੂਪ 'ਚ ਸਾਨੂੰ ਮਿਲੇ ਨੇ, ਸਾਡੇ ਜੀਵਨ ਦਾ ਸ਼ਿੰਗਾਰ ਬਣ ਸਕਣ। ਕੱਲ੍ਹ ਅਤੇ ਪਰਸੋਂ ਦੋ ਦਿਨ ਆਪ ਜੀ ਦੀ ਸੇਵਾ ਵਿੱਚ ਹੋਰ ਹਾਜ਼ਰੀ ਭਰਨੀ। ਪਿਛਲੇ ਦੋ ਮਹੀਨਿਆਂ 'ਚ ਮੇਰੇ ਕੋਲੋਂ ਕੋਈ ਵਾਧ ਘਾਟ ਹੋਈ ਹੋਵੇ, ਦੱਸ ਉਹਦਾ ਜ਼ਿੰਮੇਵਾਰ ਹੈ। ਪਰ ਜੇ ਤੁਹਾਨੂੰ ਕੋਈ ਗੱਲ ਚੰਗੀ ਲੱਗੀ ਹੈ, ਮਾੜੀ ਲੱਗੀ ਹੈ, ਫੀਡਬੈਕ ਜ਼ਰੂਰ ਦੇ ਕੇ ਜਾਏ, ਕਿਉਂਕਿ ਅਸੀਂ ਲਾਈਫ 'ਚ ਵਿਚਰਨਾ। 24 ਸਾਲ ਦੀ ਉਮਰ ਹੈ, ਰੱਬ ਨੇ ਬਾਕੀ ਸਵਾਸਾਂ ਦੀ ਖੇਡ ਉਹਦੇ ਹੱਥ 'ਚ ਹੈ। ਜਿੱਥੇ ਵੀ ਜਾਵਾਂਗੇ ਕੁਝ ਸਾਨੂੰ ਬੋਲਣ ਵਾਸਤੇ ਸਮਾਂ ਮਿਲੇਗਾ, ਪਰ ਤੁਹਾਡਾ ਫੀਡਬੈਕ, ਤੁਹਾਡੀਆਂ ਕਈਆਂ ਹੋਈਆਂ ਚੰਗੀਆਂ ਅਤੇ ਮਾੜੀਆਂ ਗੱਲਾਂ ਦੋਨੋਂ ਸਾਡੀ ਲਾਈਫ ਨੂੰ ਅਗਾਂਹ ਤੋਰਨ ਵਿੱਚ ਸਾਡੀਆਂ ਸਹਾਇਕ ਹੋਣਗੇ, ਸਾਡੇ ਨਾਲ ਖੜਨਗੀਆਂ। ਗੁਰੂ ਭਲੀ ਕਰੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।